ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਬੈਠਕ। ਲੋਕ ਪੱਖੀ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਦਿੱਤੀ ਹਦਾਇਤ। ਮੇਅਰ ਚੋਣਾਂ ਵਿੱਚ ਕਥਿਤ ਧਾਂਦਲੀ ਦੇ ਖਿਲਾਫ਼ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਾਰਕੁਨਾਂ ਨੇ ਕੀਤਾ ਰੋਸ ਪ੍ਰਦਰਸ਼ਨ। ਚੰਡੀਗੜ੍ਹ ਪੁਲਿਸ ਤੋਂ ਕੀਤੀ ਪ੍ਰਿਜ਼ਾਈਡਿੰਗ ਅਫਸਰ ਅਨਿਲ ਮਸੀ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸੰਗਰੂਰ ਬਣਿਆ ਦੇਸ਼ ਦਾ ਨੰਬਰ ਇੱਕ ਜ਼ਿਲ੍ਹਾ। CISE ਸਾਲਾਨਾ ਪੁਰਸਕਾਰਾਂ ਵਿੱਚ ਪੰਜਾਬ ਨੇ ਸਰਵੋਤਮ ਰਾਜ ਅਤੇ ਸੰਗਰੂਰ ਨੇ ਸਰਵੋਤਮ ਜ਼ਿਲ੍ਹਾ ਪੁਰਸਕਾਰ ਜਿੱਤੇ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਬੈਠਕ ਕੀਤੀ ਗਈ, ਜਿਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਲੋਕ ਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡੋਰ ਸਟੈਪ ਡਿਲੀਵਰੀ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਲੋਕਾਂ ਵੱਲੋਂ ਇਹਨਾਂ ਸੇਵਾਵਾਂ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਹਿਰਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਪਾਣੀ ਦਾ ਸੂਬਾ ਕਿਹਾ ਜਾਂਦਾ ਹੈ, ਪਰ ਇਹ ਪਾਣੀ ਕਿਤੇ ਗੁੰਮ ਹੋ ਗਏ ਨੇ ਜਿਨ੍ਹਾਂ ਨੂੰ ਹੁਣ ਖੇਤਾਂ ਤੱਕ ਪਹੁੰਚਾਉਣਾ ਹੈ। ਬਹੁਤ ਹੀ ਅਹਿਮ ਮੀਟਿੰਗ ਪੰਜਾਬ ਦੇ ਸਾਰੇ DCs ਨਾਲ, ਡਿਪਟੀ ਕਮਿਸ਼ਨਰਸ ਨਾਲ ਹੋਈ। ਮੇਨ ਏਜੰਡਾ ਜਿਹੜਾ ਸੀਗਾ ਉਹ ਲੋਕ ਪੱਖੀ ਫੈਸਲੇ, ਲੋਕ ਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਅਤੇ ਉਹਨਾਂ ਦਾ ਜਿਹੜਾ ਕਿੰਨੇ ਪ੍ਰਸੈਂਟ ਕੰਮ ਹੋ ਗਿਆ, ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ, ਉਹ ਪੁੱਛਣ ਬਾਰੇ DCs ਤੋਂ ਉਹਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ, ਜਿਹਦੇ ਵਿੱਚ ਪਰਾਲੀ ਤੋਂ ਲੈ ਕੇ, ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ। ਹਾਲਾਂਕਿ ਅਕਤੂਬਰ 'ਚ ਸਟਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ, ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ। ਉਹਦੇ ਬਾਰੇ ਡਿਟੇਲ 'ਚ ਵੱਖ ਵੱਖ DCs ਤੋਂ ਸੁਝਾਅ ਮੰਗੇ ਗਏ। ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਿਸ 1076 ਨੰਬਰ ਜਿਹੜਾ, ਜਿਹਦੇ 'ਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗ ਗਏ। ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ, ਕੋਈ ਸਰਟੀਫਿਕੇਟ ਚਾਹੀਦਾ ਫੋਨ ਕਰੋ, ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ, ਬੰਦਾ ਤੁਹਾਡੇ ਘਰੇ ਆਊਗਾ, ਡਾਕੂਮੈਂਟ ਲੈ ਜਾਊਗਾ ਅਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ। ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ, ਜਾਂ ਤਾਂ ਬਜ਼ੁਰਗ ਨੇ, ਜਾਂ ਕੋਈ ਵਹੀਕਲ ਨਹੀਂ, ਜਾਂ ਕੋਈ ਸਾਧਨ ਨਹੀਂ, ਜਾਂ ਸਹਾਰਾ ਨਹੀਂ, ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ 'ਚ ਰਹਿੰਦੇ ਨੇ, ਆਪ ਉਹ ਪਿੰਡ 'ਚ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ। ਸਰਕਾਰ ਤੁਹਾਡੇ ਦੁਆਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਹਦੇ ਵਿੱਚ ਜਿਵੇਂ ਅਸੀਂ, ਮੈਂ ਕਹਿੰਦਾ ਹੁੰਦਾ ਕਿ ਵੋਟਾਂ ਮੰਗਣ ਅਸੀਂ ਘਰ ਘਰ ਜਾਂਦੇ ਹਾਂ, ਪਰ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਉਂਦੇ ਹਾਂ। ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ DC ਦਫ਼ਤਰ ਤੱਕ ਵੀ ਨਾ ਜਾਣਾ ਪਵੇ, ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ। ਹਾਂ, ਜਿਹੜੇ ਕੰਮ ਇਹੋ ਜਿਹੇ ਜਿੱਥੇ
ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ, ਜਿਵੇਂ ਰਜਿਸਟਰੀ ਹੈ, ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ, ਉਹ ਉੱਥੇ ਆਉਣਾ ਜ਼ਰੂਰੀ ਹੈ। ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀਜ਼ ਨੂੰ ਕਿਹਾ ਕਿ 10-10 ਪਿੰਡਾਂ ਦਾ, 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਊਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਜਾਂ ਵੈਸੇ ਕਿ 5 ਪਿੰਡਾਂ ਦੀਆਂ ਰਜਿਸਟਰੀਆਂ ਭਾਈ ਫਲਾਨੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ, ਜਿਵੇਂ ਕਿ ਪਹਿਲਾਂ ਹੁੰਦੀਆਂ ਸੀ। ਸੋ ਉਹ ਵੀ ਅਸੀਂ ਹੋਰ ਦੁਆਰਾ ਨੇੜੇ ਕਰ ਰਹੇ ਹਾਂ, ਸਰਕਾਰ ਹੋਰ ਨੇੜੇ ਕਰੂਗੀ ਉਹਨਾਂ ਦੀ ਰਜਿਸਟਰੀਆਂ ਦਾ ਜਿਹੜਾ ਟਵਾ। ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ, ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ। ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ, ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ, ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ, ਨਵੇਂ ਕੱਸੀਆਂ, ਨਵੇਂ ਸੂਏ ਬਣ ਰਹੇ ਨੇ, ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ, ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ। ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ 150 ਹੋਰ ਨਵੇਂ ਮੁਹੱਲਾ ਕਲੀਨਿਕ ਤਿਆਰ ਨੇ, ਪੰਜਾਬ ਦੇ 98 ਲੱਖ ਲੋਕ ਇਹਨਾਂ ਮੁਹੱਲਾ ਕਲੀਨਿਕਾਂ ਦਾ ਲਾਭ ਲੈ ਚੁੱਕੇ ਨੇ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਇਹ ਨਿਯਮ ਲਾਗੂ ਹੋ ਗਿਆ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਹਸਪਤਾਲ ਜਾਂਦਾ ਤੇ ਡਾਕਟਰ ਉਸ ਨੂੰ ਦਵਾਈ ਲਿਖਦਾ ਤਾਂ ਉਹ ਦਵਾਈ ਉਸੇ ਹਸਪਤਾਲ ਵਿੱਚੋਂ ਹੀ ਮਿਲੇਗੀ। 150 ਮੁਹੱਲਾ ਕਲੀਨਿਕ ਤਿਆਰ ਨੇ, ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ। 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ। 1-2 ਦਿਨਾਂ 'ਚ, ਹੋਰ 2-3 ਦਿਨਾਂ 'ਚ 1 ਕਰੋੜ ਦਾ ਅੰਕੜਾ ਹੋ ਜਾਊਗਾ। ਸੋ ਆਉਣ ਵਾਲੇ ਦਿਨਾਂ 'ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਮਰਪਿਤ ਕੀਤੇ ਜਾਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ, ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ, ਕੋਈ ਵੀ ਬਿਮਾਰੀ ਹੋਵੇ, ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੂਗੀ। ਦੁਬਾਰਾ ਫੇਰ ਦੱਸ ਦਿੰਦਾ, ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ, ਇਹ CMO ਦੀ SMO ਦੀ ਡਿਊਟੀ ਲਾਤੀ, ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ 'ਚੋਂ ਦੇਣੀ ਹੈ। ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ CMO ਆਪਦਾ ਬਾਹਰ, ਡਾਕਟਰ ਖਰੀਦ ਕੇ ਲੈ ਕੇ ਆਊਗਾ, ਮਰੀਜ਼ ਬਾਹਰ ਨਹੀਂ ਜਾਊਗਾ। ਆਮ ਤੌਰ 'ਤੇ ਕੀ ਹੁੰਦਾ ਸੀ, ਲਿਖ ਦਿੰਦੇ ਆ ਸਾਰੀਆਂ ਦਵਾਈਆਂ ਬਾਹਰਲੀਆਂ, ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ। ਸੋ ਜੇ ਉਹ ਦਵਾਈ ਹਸਪਤਾਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ, ਪਰ ਮਰੀਜ਼ ਨਹੀਂ ਬਾਹਰ ਜਾਊਗਾ, ਉਹਦਾ ਇਲਾਜ ਉੱਥੇ ਹੋਊਗਾ। ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲ ਆਹ ਦਵਾਈ ਘੱਟ ਹੈ ਜਾਂ ਮੇਰੇ ਕੋਲ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ, ਮੈਨੂੰ ਆਹ ਦਵਾਈ ਚਾਹੀਦੀ ਹੈ। ਸਰਕਾਰ ਉਹਨੂੰ ਫਿਰ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ, ਉਹ ਪ੍ਰੋਵਾਈਡ ਕਰਵਾ ਦੇਊਗੀ। ਮੇਅਰ ਚੋਣਾਂ ਵਿੱਚ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਾਰਕੁਨਾਂ ਅਤੇ ਆਗੂਆਂ ਨੇ ਸੈਕਟਰ 17 ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਚੰਡੀਗੜ੍ਹ ਪੁਲਿਸ ਤੋਂ ਮੇਅਰ ਚੋਣਾਂ ਲਈ ਨਿਯੁਕਤ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਧਰਨੇ ਦੌਰਾਨ ਵੱਖ ਵੱਖ ਮੀਡੀਆ ਚੈਨਲਾਂ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਅਤੇ ਆਗੂਆਂ ਨੇ ਭਾਜਪਾ ਉੱਤੇ ਮੇਅਰ ਦੀਆਂ ਚੋਣਾਂ ਵਿੱਚ ਧਾਂਦਲੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਨੇ ਜਾਣਬੁੱਝ ਕੇ 8.5 ਕੌਂਸਲਰਾਂ ਦੀਆਂ ਵੋਟਾਂ ਰੱਦ ਕੀਤੀਆਂ ਨੇ ਤਾਂ ਜੋ ਭਾਜਪਾ ਦਾ ਮੇਅਰ ਬਣ ਸਕੇ। 30 ਜਨਵਰੀ 2024 ਚੰਡੀਗੜ੍ਹ ਨਗਰ ਨਿਗਮ ਦੇ ਇਤਿਹਾਸ ਵਿੱਚ ਸਭ ਤੋਂ ਕਾਲਾ ਦਿਨ ਸੀ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ ਇੰਚਾਰਜ ਡਾਕਟਰ ਸਨੀ ਆਲੂਵਾਲੀਆ ਨੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਦੇ ਖਿਲਾਫ਼ ਕੇਸ ਦਰਜ ਕਰਵਾਉਣ ਲਈ ਸੈਕਟਰ 17 ਥਾਣੇ ਦੇ SHO ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ
ਮੇਅਰ ਚੋਣਾਂ ਵਿੱਚ ਧਾਂਦਲੀ ਨਾਲ ਸੰਬੰਧਿਤ ਵੀਡੀਓ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸੌਂਪੀ। ਇਸ ਸੰਬੰਧੀ ਉਹ ਚੰਡੀਗੜ੍ਹ ਦੇ SSP ਨੂੰ ਵੀ ਮਿਲੇ ਅਤੇ ਅਨਿਲ ਮਸੀਹ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਯੂਥ ਕਾਂਗਰਸ ਦੇ ਆਗੂਆਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲਵਾਣਾ ਸਮੇਤ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਸੀਂ ਸੁਪਰੀਮ ਕੋਰਟ ਜਾਵਾਂਗੇ, ਪਰ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ, ਹਾਂ ਕਿਉਂਕਿ ਤਾਂ ਉਹਦਾ ਸਾਹਮਣੇ ਵੀਡੀਓ ਪਈ ਹੈ ਜੀ। 3 ਹਫ਼ਤੇ 'ਚ ਕੀ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ? ਉਹ ਤਾਂ ਸਿੱਧਾ ਗਿਣੀ ਜਾਂਦਾ ਅਤੇ ਪੁੱਛੋ ਜੀ। ਅਸੀਂ ਸੁਪਰੀਮ ਕੋਰਟ 'ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ, ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇੱਦਾਂ ਦਾ ਕੋਈ ਪ੍ਰੋਬਲਮ। 12 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਇਹਨਾਂ ਨੇ ਮੰਨੀਆਂ, ਔਰ 8 ਵੋਟਾਂ ਉਹ ਪਈਆਂ ਜਿਹੜੀਆਂ ਕਿ ਇਹਨਾਂ ਨੇ ਰਿਜੈਕਟ ਕੀਤੀਆਂ ਔਰ ਧੱਕੇ ਨਾਲ ਕੀਤੀ ਹੈ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਤਾਨਾਸ਼ਾਹੀ ਚੰਡੀਗੜ੍ਹ ਵਾਲੇ ਨਹੀਂ ਸਹਿਣ ਕਰਦੇ। ਔਰ ਜਿਸ ਵੀ ਹਿਸਾਬ ਦਾ ਸਿਸਟਮ ਬਣਦਾ ਪਿਆ, ਜਿਸ ਹਿਸਾਬ ਨਾਲ ਸਾਰੇ ਲੋਕ ਚੱਲਦੇ ਪਏ ਨੇ, ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਇਹਨਾਂ ਨੇ ਨਕਲੀ ਮੇਅਰ ਬਣਾਇਆ, ਨਕਲੀ ਮੇਅਰ ਕਹਾਂਗੇ ਕਿਉਂਕਿ ਜਿੱਥੇ ਇੱਕ ਪਾਸੇ 20 ਵੋਟਾਂ ਸੀਗੀਆਂ ਅਤੇ ਇੱਕ ਪਾਸੇ 16 ਵੋਟਾਂ ਵਾਲਿਆਂ ਨੂੰ ਬਣਾਤਾ, ਸਾਰਾ ਕੁਝ ਕਲੀਅਰ ਸੀਗਾ, ਪਰ ਧੱਕੇ ਨਾਲ ਇਹਨਾਂ ਨੇ ਆਪਣਾ ਮੇਅਰ ਬਣਾਇਆ। ਔਰ ਉਹਦੇ ਅਗੇਂਸਟ ਅੱਜ ਅਸੀਂ ਕੰਪਲੇਂਟ ਦੇਣ ਚੱਲੇ ਹਾਂ, SHO ਸਾਹਿਬ ਕੋਲ ਜਾਵਾਂਗੇ, ਫਿਰ SSP ਸਾਹਿਬ ਕੋਲ ਜਾਵਾਂਗੇ, ਔਰ ਰੋਜ਼ ਹੁਣ ਇਹਨਾਂ ਦੇ ਅਗੇਂਸਟ ਅਸੀਂ ਧਰਨੇ ਲਾਵਾਂਗੇ, ਪ੍ਰਦਰਸ਼ਨ ਕਰਾਂਗੇ, ਤਾਂ ਕਿ ਸਾਰੇ ਜਗ੍ਹਾ ਦੇ ਉੱਤੇ ਅਵੇਅਰਨੈਸ ਹੋਏ ਕਿ ਇਹਨਾਂ ਦੀ ਤਾਨਾਸ਼ਾਹੀ ਹੁਣ ਹੋਰ ਨਹੀਂ ਚੱਲੇਗੀ। ਦੇਖੋ, ਆਨਰੇਬਲ ਹਾਈਕੋਰਟ 'ਚ ਅੱਜ ਉਹਨਾਂ ਨੇ ਪ੍ਰੈਜੈਂਟ ਲੈ ਲਿਆ, ਸਾਡਾ ਕੇਸ ਨੂੰ ਸੁਣਿਆ ਔਰ ਸਾਡੇ ਵੱਲੋਂ ਐਡਵੋਕੇਟਸ ਨੂੰ ਸੁਣਿਆ। ਉਹਨਾਂ ਨੇ ਕਿਹਾ ਵੀ 3 ਹਫ਼ਤੇ 'ਚ, ਪਹਿਲਾਂ ਤਾਂ 4 ਹਫ਼ਤੇ ਮੰਗਦੇ ਸੀ ਹਲੋ, ਉਹਨਾਂ ਨੇ ਕਿਹਾ ਵੀ 3 ਹਫ਼ਤਿਆਂ ਦੇ ਅੰਦਰ ਇਹਦੇ ਉੱਤੇ ਰਿਪੋਰਟ ਲੈ ਕੇ ਆਓ ਤਾਂ ਕਿ ਇਸ 'ਤੇ ਅਸੀਂ ਐਕਸ਼ਨ ਲੈ ਸਕੀਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੰਗਰੂਰ ਨੂੰ ਗ੍ਰੀਨ ਸਕੂਲ 'ਚ ਪ੍ਰੋਗਰਾਮ ਤਹਿਤ ਦੇਸ਼ ਦੇ ਸਰਵੋਤਮ ਜ਼ਿਲ੍ਹੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੇ ਸਾਲਾਨਾ ਗ੍ਰੀਨ ਸਕੂਲ ਅਵਾਰਡਾਂ ਵਿੱਚ ਐਲਾਨੇ ਗਏ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਨੇ ਸਰਵੋਤਮ ਰਾਜ ਅਤੇ ਸੰਗਰੂਰ ਨੇ ਸਰਵੋਤਮ ਜ਼ਿਲ੍ਹਾ ਪੁਰਸਕਾਰ ਜਿੱਤੇ ਨੇ। ਗ੍ਰੀਨ ਸਕੂਲ ਪ੍ਰੋਗਰਾਮ ਦਾ ਉਦੇਸ਼ ਸਕੂਲ ਕੈਂਪਸ ਨੂੰ ਵਾਤਾਵਰਨ ਪੱਖੀ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਪੰਜਾਬ ਨੇ ਸਭ ਤੋਂ ਵੱਧ ਆਡਿਟ ਰਜਿਸਟ੍ਰੇਸ਼ਨਾਂ ਅਤੇ ਰਿਪੋਰਟ ਸਬਮਿਸ਼ਨ ਦੇ ਨਾਲ ਮਾਣਕ ਸੈੱਟ ਕਰਕੇ ਸਰਵੋਤਮ ਰਾਜ ਦਾ ਪੁਰਸਕਾਰ ਹਾਸਲ ਕੀਤਾ ਹੈ। ਰਾਜ ਦੇ ਕੁੱਲ 4734 ਸਕੂਲਾਂ ਨੇ ਆਪਣੀਆਂ ਆਡਿਟ ਰਿਪੋਰਟਾਂ ਪੇਸ਼ ਕੀਤੀਆਂ, 70 ਨੂੰ ਗ੍ਰੀਨ ਦਰਜਾ ਦਿੱਤਾ ਗਿਆ। ਸੰਗਰੂਰ ਨੇ 503 ਸਬਮਿਸ਼ਨਾਂ ਨਾਲ ਸਰਵੋਤਮ ਜ਼ਿਲ੍ਹੇ ਦਾ ਅਵਾਰਡ ਹਾਸਲ ਕੀਤਾ ਹੈ। ਇਹ ਪੁਰਸਕਾਰ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਰੋਤ ਪ੍ਰਬੰਧਨ ਅਤੇ ਹਰੇ ਅਭਿਆਸਾਂ ਦੀ ਪ੍ਰਭਾਵਸ਼ੀਲਤਾ ਨੂੰ ਮਾਪਣ ਲਈ ਔਨ ਕੈਂਪਸ ਵਾਤਾਵਰਨ ਆਡਿਟ ਕਰਨ ਵਿੱਚ ਮਦਦ ਕਰਨ ਲਈ ਦਿੱਤੇ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਊਂਟ ਰਾਹੀਂ ਪੰਜਾਬੀਆਂ, ਖਾਸ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ, ਸੰਗਰੂਰ ਦੇਸ਼ ਭਰ ਵਿੱਚ ਪਹਿਲੇ ਨੰਬਰ 'ਤੇ ਹੈ, ਵਧਾਈ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੇ ਨਿਰੰਤਰ ਘਟਣ ਕਾਰਨ ਚਿੰਤਾਜਨਕ ਸਥਿਤੀ ਵੱਲ ਵਧ ਰਹੇ ਪੰਜਾਬ ਸੂਬੇ ਨੂੰ ਅਟਲ ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ। ਉਹਨਾਂ ਅਫਸੋਸ ਪ੍ਰਗਟਾਇਆ ਕਿ ਸੂਬਾ ਸਰਕਾਰ ਵੱਲੋਂ ਨਿਰੰਤਰ ਪੱਤਰ ਵਿਹਾਰ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਰੋਕਣ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਸੰਬੰਧੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਵਿਚਾਰ ਵਟਾਂਦਰੇ ਦੌਰਾਨ ਚੇਤਨ ਸਿੰਘ ਜੋੜਾਮਾਜਰਾ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਮਾਮਲੇ ਸੰਬੰਧੀ ਕਈ ਵਾਰ ਲਿਖਿਆ ਜਾ ਚੁੱਕਿਆ, ਪਰ ਕੇਂਦਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਕਿ ਆਪਣੇ ਪੱਧਰ ਉੱਤੇ ਵੀ ਕੇਂਦਰ ਸਰਕਾਰ ਕੋਲ ਸੂਬੇ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਣ।
ਅੰਤਰਰਾਸ਼ਟਰੀ ਸਬੰਧਾਂ ਅਤੇ ਸੈਰ ਸਪਾਟੇ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਮਾਣਯੋਗ ਰਾਜ ਕਿਸ਼ੋਰ ਯਾਦਵ ਦੀ ਅਗਵਾਈ ਵਿੱਚ ਇੱਕ 8 ਮੈਂਬਰੀ ਨੇਪਾਲੀ ਸੰਸਦੀ ਵਫਦ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਓਮ ਬਿਰਲਾ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਦੇ ਸਦੀਆਂ ਪੁਰਾਣੇ ਅਧਿਆਤਮਕ, ਇਤਿਹਾਸਿਕ ਅਤੇ ਸੱਭਿਆਚਾਰਕ ਸੰਬੰਧ ਨੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਡਾਕਟਰ ਪ੍ਰਭਲੀਨ ਸਿੰਘ ਦੀ ਕਿਤਾਬ ਹਰਿਆਣਾ ਦੇ ਸਿੱਖਾਂ ਦੀ ਸੇਵਾ ਵਿੱਚ ਖੱਟਰ ਲੋਕ ਅਰਪਿਤ ਕੀਤੇ। ਪੇਸ਼ ਇਸ ਬਾਬਤ ਸਾਡੀ ਇੱਕ ਰਿਪੋਰਟ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਅਤੇ ਯਾਦਾਂ ਨੂੰ ਸੰਭਾਲਣ ਲਈ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿਪਲੀ ਨੇੜੇ ਇੱਕ ਵਿਸ਼ਾਲ ਯਾਦਗਾਰ ਬਣਾਈ ਜਾਵੇਗੀ, ਜਿਸ ਵਿੱਚ ਹਰਿਆਣਾ ਵਿਖੇ ਸਥਿਤ ਗੁਰੂ ਸਾਹਿਬਾਨ ਦੀਆਂ ਸਾਰੀਆਂ ਯਾਦਾਂ ਅਤੇ ਯਾਦਗਾਰਾਂ ਨੂੰ ਸੰਭਾਲਿਆ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਮਨੁੱਖਤਾ ਦੀ ਸੇਵਾ ਦਾ ਅਮਲ ਸੰਦੇਸ਼ ਦੀ ਪ੍ਰੇਰਣਾ ਲੈ ਸਕਣ। ਇਹ ਅਜਾਇਬ ਘਰ ਯਕੀਨੀ ਤੌਰ ਉੱਤੇ ਇੱਕ ਸੈਲਾਨੀ ਕੇਂਦਰ ਬਣੇਗਾ। ਮੁੱਖ ਮੰਤਰੀ ਜ਼ਿਲ੍ਹਾ ਕੁਰੂਕਸ਼ੇਤਰ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਡਾਕਟਰ ਪ੍ਰਭਲੀਨ ਸਿੰਘ ਦੀ ਕਿਤਾਬ ਹਰਿਆਣਾ ਦੇ ਸਿੱਖਾਂ ਦੀ ਸੇਵਾ ਵਿੱਚ ਖੱਟਰ ਲੋਕ ਅਰਪਿਤ ਕਰਨ ਤੋਂ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਮੌਕੇ ਲੇਖਕ ਅਤੇ ਪ੍ਰਕਾਸ਼ਕ ਨੂੰ ਇਸ ਪੁਸਤਕ ਦਾ ਸਿਰਲੇਖ ਬਦਲਣ ਦੀ ਸਲਾਹ ਵੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਪਿਛਲੇ 9.5 ਸਾਲਾਂ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਸੰਭਾਲਣ ਲਈ ਹਰਿਆਣਾ ਸਰਕਾਰ ਵੱਲੋਂ ਕਰਵਾਏ ਗਏ ਅਨੇਕਾਂ ਸਮਾਗਮਾਂ ਦਾ ਜ਼ਿਕਰ ਕੀਤਾ ਗਿਆ। ਉਹਨਾਂ ਪੁਸਤਕ ਪ੍ਰਕਾਸ਼ਿਤ ਕਰਨ ਲਈ ਪੁਸਤਕ ਦੇ ਲੇਖਕ ਅਤੇ ਡਾਕਟਰ ਪ੍ਰਭਲੀਨ ਸਿੰਘ ਅਤੇ ਸੂਚਨਾ ਲੋਕ ਸੰਪਰਕ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਦੀ ਸ਼ਲਾਘਾ ਵੀ ਕੀਤੀ। ਇਹ ਪੁਸਤਕ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਤਿੰਨੋਂ ਭਾਸ਼ਾਵਾਂ ਵਿੱਚ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ਜ਼ਿਲ੍ਹਾ ਯਮੁਨਾਨਗਰ ਵਿੱਚ ਦੇਸ਼ ਅਤੇ ਦੁਨੀਆਂ ਲਈ ਬਿਹਤਰੀਨ ਸ਼ਾਨਦਾਰ ਸਮਾਰਕ ਬਣਾਇਆ ਜਾਵੇਗਾ, ਜਿਸ ਦੇ ਲਈ ਲੋਹਗੜ੍ਹ ਟਰੱਸਟ ਨੂੰ 20 ਏਕੜ ਜ਼ਮੀਨ ਦਿੱਤੀ ਗਈ ਹੈ। ਦੇਖੀਏ, ਪਿਛਲੇ 9.5 ਵਰਸ਼ ਮੇ ਹਰਿਆਣਾ ਮੇ ਜਬ ਸੇ ਹਮਨੇ ਸ਼ਾਸਨ ਕੀ ਬਾਟਪੁਰ ਸੰਭਾਲੀ, ਮੁਝੇ ਇਸ ਬਾਤ ਕਾ ਬੜਾ ਗਰਵ ਹੈ ਕਿ ਹਮਾਰੇ ਜਿਤਨੇ ਵੀ ਸਿੱਖ ਗੁਰੂ ਹੋਏ ਹੈ ਉਨ ਸਿੱਖ ਗੁਰੂਓ ਕੇ ਸਨਮਾਨ ਮੇ ਹਮਨੇ ਬਹੁਤ ਸੇ ਕਾਰਜਕ੍ਰਮ ਕਰਵਾਏ ਹੈ। ਜੋ ਸ਼ਤਾਬਦੀਓ ਕੇ ਕਾਰਜਕ੍ਰਮ ਹੋਏ, ਉਨਕੀ ਪ੍ਰਦਰਸ਼ਨੀਓ ਕੇ ਨਾਤੇ ਸੇ ਵੀ ਲਗਾਇਆ ਗਿਆ, ਜਿਤਨੇ ਵੀ ਯਾਤਰਾਏ ਨਿਕਲੀ ਉਨ ਯਾਤਰਾਓ ਕਾ ਵੀ ਹਮਨੇ ਸਵਾਗਤ ਕੀਆ, ਸਭ ਜਗ੍ਹਾ ਸਤਿਕਾਰ ਕੀਆ। ਤੋ ਹਮਾਰੇ ਇੱਕ ਸਾਥੀ ਹੈ, ਮਿੱਤਰ ਹੈ, ਡਾਕਟਰ ਪ੍ਰਭਲੀਨ ਸਿੰਘ ਜੀ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੇ ਕਾਰਯਰਤ ਹੈ, ਤੋ ਉਹਨੇ ਇਹ ਪ੍ਰਸਤਾਵ ਰੱਖਾ ਕਿ ਇਨ ਸਭ ਕਾ ਇੱਕ ਸੰਕਲਨ ਕਰਕੇ ਕਾਫੀ ਟੇਬਲ ਬੁੱਕ ਬਣਾਈ ਜਾਏ। ਤੋ ਆਜ ਵੋ ਜੋ ਕਾਫੀ ਟੇਬਲ ਬੁੱਕ ਬਣਾਈ ਥੀ ਉਸਕਾ ਵਿਮੋਚਨ ਹੁਆ ਹੈ ਔਰ ਇਸਕੀ ਬਹੁਤ ਸਰਾਹਨਾ ਕੀ ਗਈ ਹੈ ਉਸ ਕਾਫੀ ਟੇਬਲ ਬੁੱਕ ਕੀ, ਔਰ ਸਭ ਲੋਗੋਂ ਨੇ ਆਪਣੇ ਵਿਚਾਰ ਪ੍ਰਗਟ ਕੀਏ। ਮੈਂ ਡਾਕਟਰ ਪ੍ਰਭਲੀਨ ਸਿੰਘ ਜੀ ਕਾ ਔਰ ਹਮਾਰਾ ਜੋ ਪ੍ਰਕਾਸ਼ਕ ਹੈ, ਹਮਾਰਾ ਵਿਭਾਗ ਡਾਇਰੈਕਟ ਪਬਲਿਕ ਰਿਲੇਸ਼ਨਸ ਐਂਡ ਲੈਂਗੁਏਜ ਡਿਪਾਰਟਮੈਂਟ, ਉਨਕਾ ਸਭ ਕਾ ਬਹੁਤ ਸਰਾਹਨਾ ਕਰਤਾ ਹੂੰ, ਉਨਕਾ ਧੰਨਵਾਦ ਕਰਤਾ ਹੂੰ ਕਿ ਉਹਨਾਂ ਨੇ ਇਸ ਪੁਸਤਕ ਕੋ ਇੱਕ ਮੂਰਤ ਰੂਪ ਦੇ ਕਰਕੇ ਔਰ ਉਸਕੋ ਛਪਵਾਇਆ ਹੈ, ਆਜ ਉਸਕਾ ਵਿਮੋਚਨ ਕਰਾਇਆ ਗਿਆ ਹੈ। ਇਸ ਮੌਕੇ ਹਰਿਆਣਾ ਦੇ ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਸੰਬੋਧਨ ਕਰਦਿਆਂ ਸਿੱਖ ਭਾਈਚਾਰੇ ਲਈ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਿੱਖ ਗੁਰੂ ਸਾਹਿਬਾਨ ਦੀ ਯਾਦ ਵਿੱਚ ਵੱਡੇ ਸਮਾਗਮ ਕਰਵਾਏ ਨੇ। ਇਹ ਬਹੁਤ ਬੜਾ ਇਤਿਹਾਸ ਬਣਾ ਹੈ, ਮਾਨਯ ਮੁੱਖ ਮੰਤਰੀ ਜੀ ਕੇ ਜੀਵਨ ਮੇਂ ਸਿੱਖੋਂ ਕਾ ਇਤਿਹਾਸ, ਔਰ ਉਸਮੇਂ ਸਭਸੇ ਬੜੀ ਬਾਤ ਇਹ ਹੈ ਕਿ 550 ਸਾਲ, 400 ਸਾਲਾਂ, 350 ਸਾਲਾਂ ਮਾਨਯ ਮੁੱਖ ਮੰਤਰੀ ਜੀ ਨੇ ਐਜ਼ ਮੁੱਖ ਮੰਤਰੀ ਬਤੌਰ ਸਿੱਖ ਕਮਿਊਨਿਟੀ ਕੋ, ਵੈਸੇ ਤੋ ਹਰ ਕਮਿਊਨਿਟੀ ਕੋ ਆਗੇ ਰੱਖਤੇ ਹੈ, ਕਭੀ ਵੀ ਕਿਸੀ ਕੋ
ऊपर नीचे या मतलब कम और बड़ा नहीं देखते हैं, एक बराबर समान रखते हैं। लेकिन पहले के अगर कंपेयर करें राजनीतिक लोगों से, तो उन्होंने बहुत ज़्यादा 9.5 सालों में सिखों को और सिखों के भावनाओं को बहुत आगे बढ़ाया है, और मैं उनकी सराहना करता हूं, और उनसे आज जो अपने हरियाणा के सिख उम्मीद करते हैं उससे कहीं बढ़कर वो उनको उनका मान सम्मान कर रहे हैं। पुस्तक के लेखक डॉक्टर प्रवलीन सिंह ने पुस्तक में दर्ज जानकारी बारे विस्तार सहित चलना पाया। सूबे के मुख्यमंत्री मनोहर लाल वालों सिखा की सेवा में किए गए कार्यों की शलाघा की है। अज बड़ा खुशी का दिन है कि हरियाणा सिख एंड खट्टर हरियाणा के सिखा की सेवा में खट्टर और हरियाणा की सिखों की सेवा में खट्टर तीन लैंग्वेजिज जी अज किताब रिलीज़ हो जा रही है। ये प्रोजेक्ट तकरीबन मैं 9 महीने पहला मिलया से, जिहड़ा कि अज कंप्लीट होकर अज उहदा विमोचन हो जा रहा है। तो मानयोग मुख्यमंत्री हरियाणा श्री मनोहर लाल खट्टर जी आप इस बुक नू लोक अर्पित करन आ रहे हैं, तो बड़ा ही तुसी देखो सारे पासे संगत ही संगत है। तो उम्मीद है कि इसका जिहड़ा हरियाणा के सिखां नू पता भी लगेगा भी इस सरकार ने मनोहर लाल जी की लीडरशिप दे विच की सिख कम्यूनिटी के काम किए हैं, तो अज बड़ा खुशी का दिन है जी। इस मौके हरियाणा सिख गुरद्वारा प्रबंधक कमेटी के प्रधान भुपिंदर सिंह संध ने अपने विचार रखे। उन्होंने कहा कि जिथे हरियाणा सरकार ने सिखा लिए वे कार्य किए ने उत्थे ही BJP ने करतारपुर साहब का लांघा खोलिया और सिखा वी सौगात दी। उन्होंने लेखक डॉक्टर प्रवलीन सिंह की भी शलाघा की है। ਬੜੀਆਂ ਜ਼ਰੂਰਤਾਂ ਸਨ ਇਹਨਾਂ ਚੀਜ਼ਾਂ ਦੀਆਂ, ਹਰਿਆਣਾ ਸਰਕਾਰ ਨੇ ਬਹੁਤ ਕੰਮ ਕੀਤੇ ਨੇ, ਬੜੀਆਂ ਮੱਲਾਂ ਮਾਰੀਆਂ ਸਿੱਖਾਂ ਦੀਆਂ, ਬਹੁਤ ਕੰਮ ਕੀਤੇ ਨੇ। ਤੁਸੀਂ ਪਹਿਲਾਂ ਹੀ ਵੇਖ ਲਓ ਕਰਤਾਰਪੁਰ ਵਾਲਾ ਲਾਂਘਾ ਖੋਲ੍ਹਣਾ, ਬਾਘਾ ਬਾਰਡਰ ਵਾਲਾ ਲਾਂਘਾ ਖੋਲ੍ਹਣਾ, ਕਰਤਾਰਪੁਰ ਗੋਰੀਟੋਰ ਬਣਾ ਕੇ ਦੋਵਾਂ ਦੇਸ਼ਾਂ ਨੂੰ ਮਿਲਣਾ, ਯਾਤਰੂ ਵਾਸਤੇ ਸਹੂਲਤ ਹੋ ਗਈ ਹੈ, ਸਿੱਖ ਸੰਗਤ ਵਾਸਤੇ ਬੜੀ ਸਹੂਲਤ ਹੋਈ। ਜਿਹੜਾ ਲਾਂਘਾ ਖੋਲ੍ਹਿਆ ਪਾਕਿਸਤਾਨ ਦਾ ਕਰਤਾਰਪੁਰ ਵਾਲਾ, ਸਿੱਖ ਸੰਗਤ ਨੂੰ ਬੜੀ ਸਹੂਲਤ ਹੋਈ, ਉਹ ਸਰਕਾਰ BJP ਦੀ ਦੇਣ ਹੈ ਅਤੇ BJP ਨੇ ਸਾਨੂੰ ਦਿੱਤਾ, ਸਿੱਖਾਂ ਨੂੰ ਸਾਨੂੰ ਬੜਾ ਮਾਣ ਬਣਿਆ ਇਹਨਾਂ ਸਰਕਾਰ ਦਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਦੂਜਾ ਸਾਹਿਬਜ਼ਾਦਿਆਂ ਦਾ ਵੀਰ ਬਸ ਦਿਵਸ ਦਿਨ ਰੱਖ ਕੇ ਨਾਂ ਰੱਖ ਕੇ ਛੁੱਟੀ ਕੀਤੀ, ਆਲ ਇੰਡੀਆ ਵਿੱਚ ਛੁੱਟੀ ਹੋਈ ਹੈ, ਦੁਨੀਆ ਭਰ ਵਿੱਚ ਫੋਟੋਆਂ ਲੱਗ ਗਈਆਂ, ਦੁਨੀਆ ਭਰ ਵਿੱਚ ਮਨਾਇਆ ਗਿਆ ਹੈ ਸਾਹਿਬਜ਼ਾਦਿਆਂ ਦਾ ਦਿਨ, ਕਿੱਡੀ ਵੱਡੀ ਗੱਲ ਹੈ। ਹੋਰ ਅਨੇਕਾਂ ਕੰਮ BJP ਨੇ ਕੀਤੇ ਨੇ ਸਿੱਖਾਂ ਦੇ ਜਿਹੜੇ ਤੁਸੀਂ ਦੱਸ ਨਹੀਂ ਸਕਦੇ। ਹਰਿਆਣਾ ਸਰਕਾਰ ਨੇ ਬਹੁਤ ਕੰਮ ਕੀਤੇ ਨੇ, ਚਾਹੇ ਕਿਤੇ ਗਰਾਂਟਾਂ ਲੈ ਲਈਆਂ ਨੇ ਗੁਰਦੁਆਰੇ 'ਚ, ਮੈਂ ਹੀ ਬੜੀਆਂ ਗਰਾਂਟਾਂ ਲਗੀਆਂ ਗੁਰਦੁਆਰਿਆਂ 'ਚ, ਕਈ ਗਰਾਂਟਾਂ ਲੱਖਾਂ ਕਰੋੜ ਦੀਆਂ ਮੈਂ ਲੈ ਗਿਆ ਵਾਂ CM ਸਾਹਿਬ ਤੋਂ, ਅਤੇ ਕਈ ਅਨੇਕਾਂ ਕੰਮ ਕੀਤੇ ਨੇ ਜਿਹੜੇ CM ਸਾਹਿਬ ਨੇ, ਉਹ ਸਾਨੂੰ ਭੁੱਲਣਗੇ ਨਹੀਂ। ਤਾਂ ਉਹ ਕਿਤਾਬ ਛਾਪਣੀ ਬੜੀ ਜ਼ਰੂਰੀ ਸੀ, ਕਿਉਂਕਿ ਸਿੱਖਾਂ ਨੂੰ ਜਾਣਕਾਰੀ ਰਹੇਗੀ ਅਤੇ ਸਾਰੇ ਕੰਮਾਂ ਦੀ ਜਾਣਕਾਰੀ ਮਿਲਦੀ ਰਹੇ। ਡਾਕਟਰ ਪ੍ਰਵੀਨ ਲੀਨ ਜੀ ਉਹ ਬੜੀ ਵਧੀਆ ਸੇਵਾ ਕਰ ਰਹੇ ਨੇ ਸਿੱਖ ਕੌਮ ਦੀ, ਆਮ ਸਮਾਜ ਦੀ, ਸਾਰੇ ਸਮਾਜਾਂ ਦੀ ਸੇਵਾ ਕਰ ਰਹੇ ਨੇ, ਜੋ ਕਿਤਾਬਾਂ ਲਿਖ ਰਹੇ ਨੇ ਉਹਨਾਂ ਦਾ ਬਹੁਤ ਮੈਂ ਧੰਨਵਾਦ ਕਰਨਾ ਵਾਂ। ਅਤੇ ਬੜੀ ਜ਼ਰੂਰਤ ਇਹਨਾਂ ਚੀਜ਼ਾਂ ਦੀ, ਜਿਹੜਾ ਹਰ ਬੱਚਾ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਪੜ੍ਹ ਸਕਣ ਅਤੇ ਪਤਾ ਲੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਹੈ। ਅਤੇ CM ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ, ਜਿਹੜਾ ਆ ਕੇ ਇੱਥੇ ਦੱਸਣ ਲੱਗੇ ਨੇ, ਕਿਤਾਬ ਰਿਲੀਜ਼ ਕਰਨ ਲੱਗੇ ਨੇ, ਬਹੁਤ ਬਹੁਤ ਵਿਸ਼ੇਸ਼ ਤੌਰ 'ਤੇ ਸਰਕਾਰ ਦਾ ਧੰਨਵਾਦ। ਹਰਿਆਣਾ ਸਰਕਾਰ ਨੇ ਬਹੁਤ ਕੁਝ ਦਿੱਤਾ, ਹਰਿਆਣਾ ਕਮੇਟੀ ਬਣਾਈ ਹੈ, ਹਰਿਆਣਾ ਕਮੇਟੀ ਬਣਾ ਕੇ ਹਰਿਆਣੇ ਨੂੰ ਬੜੀ ਵੱਡੀ, ਹਰਿਆਣੇ ਦੇ ਸਿੱਖਾਂ ਨੂੰ ਦੇਣ ਦਿੱਤੀ ਹੈ, ਬੜੀ ਵੱਡੀਆਂ ਮੱਲਾਂ ਮਾਰੀਆਂ ਨੇ, ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਅਸੀਂ। ਇਸ ਪ੍ਰੋਗਰਾਮ ਵਿੱਚ ਵਾਤਾਵਰਣ ਪ੍ਰੇਮੀ ਸਤਿੰਦਰ ਸਿੰਘ ਬੰਗਾ, ਸਵਾਮੀ ਰਜੇਸ਼ਵਰਾਨੰਦ, ਸੰਤ ਭੁਪਿੰਦਰ ਸਿੰਘ, ਭਾਈ ਰੂਪਾ ਜੀ ਦੀ 14ਵੀਂ ਪੀੜ੍ਹੀ ਵਿੱਚੋਂ ਦਿਲਾਵਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਬਹੁਤ ਅੱਛੀ ਗੱਲ ਹੈ, ਕਿਉਂਕਿ ਜੋ ਸਿੱਖ ਸਮਾਜ ਹੈ ਸਾਡਾ, ਇਹ ਬਹੁਤ ਹੀ ਤਿਆਗ ਔਰ ਭਗਤੀ ਦਾ ਸੋਮਾ ਹੈ, ਇਸ ਤੋਂ ਸਿੱਖਣਾ ਚਾਹੀਦਾ ਔਰ ਸੇਵਾ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਖੱਟਰ ਸਾਹਿਬ ਵੀ ਇਸ ਲਈ ਸੇਵਾ ਕਰ ਰਹੇ ਹਾਂ, ਤਾਂ ਬਹੁਤ ਅੱਛੀ ਗੱਲ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਔਰ ਗੁਰੂ ਸਾਹਿਬਾਨ ਦੀ ਜੋ ਪਰੰਪਰਾਵਾਂ ਹੈ
ਉਸ ਨੂੰ ਅੱਗੇ ਵਧਾਇਆ ਜਾ ਰਿਹਾ। ਇਸ ਤੋਂ ਜ਼ਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ, ਕਿਉਂਕਿ ਗੁਰੂ ਸਾਹਿਬਾਨ ਦਾ ਵੀ ਇਹੀ ਸੰਦੇਸ਼ ਹੈ ਕਿ ਅਸੀਂ ਜਾਤ ਪਾਤ ਕੌਮ ਮਜ਼ਹਬ ਧਰਮ, ਕਿਉਂਕਿ ਬਾਣੀ ਕਹਿੰਦੀ ਹੈ ਵਰਣ ਜਾਤ ਚਿਹਨ ਨਹੀਂ ਕੋਏ, ਸਭ ਹੁਕਮੇ ਸ੍ਰਿਸ਼ਟ ਉਪਾਏ, ਕਿ ਪਰਮਾਤਮਾ ਦਾ ਕੋਈ ਜਾਤ ਪਾਤ ਔਰ ਵਰਣ ਨਹੀਂ ਹੈ। ਜਦੋਂ ਕੋਈ ਜਾਤ ਪਾਤ ਨਹੀਂ ਸਾਡੀ ਕਿਹੜੀ ਹੋ ਸਕਦੀ, ਇਸ ਲਈ ਜਾਤ ਪਾਤ ਔਰ ਇਹ ਸਾਰੀ ਚੀਜ਼ਾਂ ਤੋਂ ਉੱਤੇ ਉੱਠ ਕੇ ਮਾਨਵਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ, ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਉਸੇ ਚੱਲਣਾ ਚਾਹੀਦਾ। ਇਹ ਜੋ ਜਕੱਟਰ ਸਾਹਿਬ ਨੇ ਅੱਜ ਕੀਆ, ਜੋ ਪ੍ਰਵਲੀਨ ਜੀ ਨੇ ਕੀਆ, ਬਹੁਤ ਅੱਛਾ ਕੀਆ, ਕਿਉਂਕਿ ਸਭ ਜੋ ਪੁਰਾਣੀ ਚੀਜ਼ ਹੈ ਸਾਰੀ ਡਾਕੂਮੈਂਟ ਹੋ ਕੇ ਇਨ ਰਾਈਟਿੰਗ ਆ ਗਏ, ਅਭੀ ਇੱਕ ਇਨਸਾਈਕਲੋਪੀਡੀ ਤਾਂ ਬਣਾ ਕਰਿਆ ਜਾਏਗਾ। ਮੈਂ ਇਹ ਕਰੂੰਗਾ ਕਿ ਕੋਸ਼ਿਸ਼ ਕਿ ਅੱਗੇ ਜ਼ਿਆਦਾ ਸੇ ਜ਼ਿਆਦਾ ਲੋਕ ਇਹ ਪੜ੍ਹੀ ਚੀਜ਼ ਪੜ੍ਹੇ ਔਰ ਦੇਖੇ ਔਰ ਆਪਣੇ ਵਿਰਸੇ ਸੇ ਆਪਣੇ ਸਾਰਾ ਸਾਥ ਰਹੇ। ਇਹ ਹਮਾਰੇ ਲਈ ਪਰਟੀਕੁਲਰਲੀ ਸਿੱਖ ਜਨਤਾ ਕੇ ਲੀਏ, ਸਿੱਖ ਸੰਗਤ ਕੇ ਲੀਏ ਇੱਕ ਬੜਾ ਦਿਨ ਹੈ ਕਿ ਆਜ ਮਨੋਹਰ ਲਾਲ ਜੀ ਕੇ ਤਿੰਨ ਭਾਸ਼ਾਓਂ ਮੇਂ ਹਿੰਦੀ, ਪੰਜਾਬੀ ਔਰ ਇੰਗਲਿਸ਼ ਮੇਂ ਸਿੱਖ ਵਿਦ ਹਮਾਰੇ ਚੀਫ ਮਿਨਿਸਟਰ ਮਨੋਹਰ ਲਾਲ ਜੀ ਕੇ ਔਰ ਬੁੱਕ ਹੈ, ਜੋ ਉਹਨੇ ਹਰਿਆਣਾ ਮੇਂ ਸਿੱਖੋਂ ਕੇ ਲੀਏ ਕਾਮ ਕੀਆ, ਜੋ ਪੰਜਾਬੀਓਂ ਕੇ ਕਾਮ ਕੀਆ ਹੈ, ਜੋ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਕਾ ਗਠਨ ਹੁਆ ਹੈ ਵੋ, ਔਰ ਜਗ੍ਹਾ ਜਗ੍ਹਾ ਪੇ ਜਿਤਨੀ ਵੀ ਯਹਾਂ ਪਰ ਹਮ ਜੋ ਸਿੱਖ ਰਹਿਤੇ ਹੈ, ਲਗਭਗ 5% ਆਬਾਦੀ ਹਮਾਰੇ ਸਿੱਖੋਂ ਕੀ ਹਰਿਆਣਾ ਮੇਂ ਹੈ, ਕੋਈ 18-20 ਲੱਖ ਲੋਕ ਹਮ ਯਹਾਂ ਪਰ ਹੈ। ਉਨ ਸਬਕਾ ਯਹਾਂ ਪਰ ਕੋਈ ਵੀ ਮਹਿਸੂਸ ਨਹੀਂ ਹੋਤਾ ਕਿ ਆਪ ਬਾਹਰ ਕੀ ਸਟੇਟ ਮੇਂ ਹੋ ਕਿਸੀ ਤਰ੍ਹਾਂ ਕਾ ਪੂਰਾ ਆਪਣਾ। ਔਰ ਮੈਂ ਆਪਣੇ ਫਰੀਦਾਬਾਦ ਕੀ ਬਾਤ ਕਰੂੰ ਤੋ ਵਹਾਂ ਸਿੱਖ ਔਰ ਹਿੰਦੂ ਤੋ ਬਿਲਕੁਲ ਐਸੇ ਹੈ, ਵਹਾਂ ਸਾਰੇ ਗੁਰਦੁਆਰੋਂ ਮੇਂ ਸਿੱਖੋਂ ਔਰ ਹਿੰਦੂਓਂ ਕਾ ਏਕ ਹੀ ਹੈ। ਵਹਾਂ ਪਰ ਜੋ ਗੁਰਦੁਆਰੋਂ ਕੇ ਪ੍ਰਧਾਨ ਹੈ ਵੋ ਵੀ ਸਾਹਿਬਧਾਰੀ ਹੀ ਹੈ, ਕਾਫੀ ਸਾਰੇ ਗੁਰਦੁਆਰੇ ਵਹਾਂ, ਕਰੀਬਨ 250 ਗੁਰਦੁਆਰੇ ਹੈ। ਔਰ ਹਮਾਰੇ ਕੋ ਤੋ ਬਾਬਾ ਬੰਦਾ ਬਹਾਦਰ ਜੀ ਕੇ ਲੀਏ ਫਰੀਦਾਬਾਦ ਮੇਂ ਜ਼ਮੀਨ ਅਲਾਟ ਹੋਈ, ਔਰ 15 ਸੈਕਟਰ ਗੁਰਦੁਆਰੇ ਕੇ ਲੀਏ ਵੀ ਹਮਾਰੀ ਜੋ ਜਗ੍ਹਾ ਥੀ ਸਾਈਡ ਮੇਂ ਕੋਈ 1700 ਗਜ਼ ਜਗ੍ਹਾ ਥੀ ਵੋ ਹਮਾਰੇ ਕੋ ਇਹਨਾਂ ਨੇ ਅਲਾਟ ਕਰੀ। ਤੋ ਬੜਾ ਹੀ ਸਹਿਯੋਗ ਹਰਿਆਣਾ ਸਰਕਾਰ ਕਾ ਸਿੱਖੋਂ ਕੇ ਸਾਥ ਹੈ। ਆਜ ਉਸੀ ਕੇ ਉਸੀ ਉਪਰਾਲੇ ਮੇਂ ਉਸੀ ਉਸਮੇਂ ਯਹਾਂ ਪਰ ਉਨਕਾ ਧੰਨਵਾਦ ਰੱਖਾ ਗਿਆ ਹੈ ਕਿ ਭਾਈ ਉਨਕੋ ਮਿਹਰਬਾਨੀ ਕਿ ਆਪਣੇ ਇਤਨਾ ਸਿੱਖੋਂ ਔਰ ਜੋ ਦੇ ਇਸਨੇ ਉਨਕੇ ਨੇਤ੍ਰਿਤਵ ਮੇਂ ਮਨੋਹਰ ਲਾਲ ਜੀ ਕੇ ਨੇਤ੍ਰਿਤਵ ਮੇਂ ਜਿਤਨੀ ਤਰੱਕੀ ਹੋਈ ਹੈ ਹਰ ਏਰੀਏ ਮੇਂ ਹਰ ਫਿਰਕੇ ਮੇਂ, ਉਸਕੇ ਲੀਏ ਧੰਨਵਾਦ ਕੀ ਤਰ੍ਹਾਂ ਹੀ ਹੈ ਇਹ ਬੁੱਕ ਇੱਕ ਕਿਸਮ ਸੇ। ਡਾਕਟਰ ਪ੍ਰਵੀਨ ਜੋ ਹੈ ਆਲਰੇਡੀ ਇਹ ਉਨਕੀ 7ਵੀਂ ਬੁੱਕ ਹੈ, ਉਹ ਆਲਰੇਡੀ ਪ੍ਰਧਾਨ ਮੰਤਰੀ ਜੀ ਕੇ ਸਾਥ ਵੀ ਸਿੱਖੋਂ ਕੇ ਸਾਥ ਵੀ ਇੱਕ ਬੁੱਕ ਰਿਲੀਜ਼ ਹੋ ਚੁੱਕੀ ਹੈ, ਔਰ ਪ੍ਰੋਮੀਨੈਂਟ ਸਿੱਖ ਗੁਰਦੁਆਰਾ ਹਰਿਆਣਾ ਕੇ ਵੀ ਉਹਨਾਂ ਨੇ ਬੁੱਕ ਰਿਲੀਜ਼ ਕਰੀ ਹੈ। ਇਸਸੇ ਇੱਕ ਬੁੱਕ ਜੋ ਹੋਤੀ ਹੈ ਨਾ ਇਹ ਇੱਕ ਸਮੇਂ ਕੇ ਲੀਏ ਲਿਮਿਟਿਡ ਸਮੇਂ ਕੇ ਲੀਏ ਨਹੀਂ ਹੋਤੀ, ਇਹ ਆਗੇ ਕੇ ਸਮੇਂ ਕੇ ਲੀਏ ਹੋਤੀ ਹੈ, ਆਨੇ ਵਾਲੀ ਜਨਰੇਸ਼ਨ ਕੋ ਦਿਖਾਨੇ ਪਤਾ ਲੱਗਤਾ ਹੈ। ਬੁੱਕ ਜੋ ਹੈ ਇੱਕ ਐਸੀ ਚੀਜ਼ ਹੈ ਜੋ ਆਪਕੋ ਇੱਕ ਅੱਛੀ ਵਾਈਬ ਦੇਤੀ ਹੈ ਔਰ ਆਗੇ ਆਪਕੋ ਪੁਸ਼ ਕਰਤੀ ਹੈ ਆਗੇ ਬੜਨੇ ਕੇ ਲੀਏ, ਆਗੇ ਬੜਨੇ ਕਾ ਹੋ। ਤੋ ਇਹ ਪ੍ਰਵੀਨ ਜੀ ਕਾ ਬਹੁਤ ਬੜਾ ਅੱਛਾ ਕਰਤੱਵ ਹੈ ਜੋ ਇਤਨੀ ਸਾਰੀ ਬੁੱਕ ਉਹ ਲਿਖ ਰਹੇ ਹੈ ਔਰ ਸਾਰੇ ਸਮਾਜ ਕੋ ਜੋੜ ਰਹੇ ਹੈ, ਸਾਰੇ ਹੀ ਸਮਾਜੋ ਕੋ ਆਪਸ ਮੇਂ ਜੋੜ ਰਹੇ ਹੈ, ਇਹ ਉਨਕਾ ਇੱਕ ਬਹੁਤ ਬੜਾ ਉਪਰਾਲਾ ਹੈ। ਮੈਂ ਸਮਝਣਾ ਕਿ ਜਿਹੜੀ ਮੌਜੂਦਾ ਸਰਕਾਰ ਹੈ, ਭਾਵੇਂ ਉਹ ਕੇਂਦਰ ਦੀ ਸਰਕਾਰ ਹੈ ਭਾਵੇਂ ਉਹ ਹਰਿਆਣੇ ਦੀ ਸਰਕਾਰ ਹੈ, ਇਹ ਵਿਸ਼ੇਸ਼ ਤੌਰ ਦੇ ਉੱਤੇ ਸਿੱਖਾਂ ਨੂੰ ਮਾਨ ਸਨਮਾਨ ਦੇ ਰਹੀ ਹੈ ਅਤੇ ਅਸੀਂ ਇਹ ਤਹਿ ਦਿਲੋਂ ਇਸ ਚੀਜ਼ ਦਾ ਧੰਨਵਾਦ ਵੀ ਕਰ ਰਹੇ ਹਾਂ। ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਦੇ ਨਾਲ ਧੱਕੇ ਕੀਤੇ ਨੇ, ਸਿੱਖਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਕੀਤਾ ਹੈ ਅਤੇ ਮੌਜੂਦਾ ਜਿਹੜੀ ਸਰਕਾਰ ਹੈ ਉਹ ਸਾਨੂੰ ਗਲਵਲਕੜੀ ਦੇ ਵਿੱਚ ਲੈ ਰਹੀ ਹੈ। ਵੇਖੋ ਰਾਜ ਦੇ ਵਿੱਚ ਹਿੱਸੇਦਾਰੀ, ਰਾਜ ਦੇ ਵਿੱਚ ਆਪਣੇ ਕੰਮਾਂ ਨੂੰ ਲੈਣ ਵਾਸਤੇ ਇਹ ਸਾਰਾ ਕੁਝ ਹੋਣਾ ਚਾਹੀਦਾ ਅਤੇ ਸਿੱਖ ਕੌਮ ਨੇ ਹਮੇਸ਼ਾ ਆਪਣੇ ਦੇਸ਼ ਦੇ ਪ੍ਰਤੀ ਆਪਣੀਆਂ ਕੁਰਬਾਨੀਆਂ, ਆਪਣੇ ਜਜ਼ਬੇ, ਆਪਣੇ ਕੀਤੇ ਕੰਮ ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੇ ਨੇ।
ਅਤੇ ਜਿੰਨੀ ਤਰ੍ਹਾਂ ਸਾਡੀ ਕੌਮ ਸਮਰਪਿਤ ਰਹੀ ਹੈ ਅਤੇ ਸਾਡਾ ਫਰਜ਼ ਵੀ ਬਣਦਾ ਸਰਕਾਰਾਂ ਦਾ ਕਿ ਉਹਨਾਂ ਮਾਣ ਸਨਮਾਨ ਵੀ ਮਿਲੇ। ਮੈਂ ਧੰਨਵਾਦ ਕਰਨਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੀ ਖੱਟਰ ਦਾ, ਉਹਨਾਂ ਉਹ ਬਹੁਤ ਮਾਣ ਸਨਮਾਨ ਦੇ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਹੈ ਕਿ ਇੱਕ ਸਾਡੇ ਸਾਹਿਬਜ਼ਾਦਿਆਂ ਦਾ ਬਾਲ ਦਿਵਸ ਦੇ ਰੂਪ ਦੇ ਵਿੱਚ, ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕਿ ਹਰ ਸਟੇਟ ਦੇ ਵਿੱਚ ਕੀਤਾ ਗਿਆ ਅਤੇ ਉਹ ਹਰ ਜਗ੍ਹਾ ਪੋਸਟਰ ਲਾਏ ਗਏ ਸਾਡੇ ਸਾਹਿਬਜ਼ਾਦਿਆਂ ਦੇ ਨੇ, ਭਾਵੇਂ ਉਹ ਕੇਰਲਾ ਹੋਏ, ਮਹਾਰਾਸ਼ਟਰਾ ਹੋਏ, ਆਂਧਰਾ ਹੋਏ, ਉੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗਾ ਵੀ ਇਹ ਜਿਹੜੇ ਬੱਚੇ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਇਹਨਾਂ ਦੀ ਸਾਡੇ ਸਾਹਿਬਜ਼ਾਦਿਆਂ ਦੀ। ਇਹ ਪਤਾ ਲੱਗਣਾ ਬੜਾ ਜ਼ਰੂਰੀ ਸੀ। ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਸਾਡੀਆਂ, ਉਹ ਅਸੀਂ ਇਸ ਚੀਜ਼ ਨੂੰ ਨਹੀਂ ਦੁਨੀਆ ਨੂੰ ਵਿਖਾ ਸਕੇ। ਮੈਂ ਧੰਨਵਾਦ ਕਰਨਾ ਕੇਂਦਰ ਦੀ ਸਰਕਾਰ ਦਾ, ਹਰਿਆਣਾ ਦੀ ਸਰਕਾਰ ਦਾ, ਅਤੇ ਜਿਵੇਂ ਉਹ ਕੰਮ ਕਰ ਰਹੇ ਨੇ ਅਤੇ ਹਰਿਆਣੇ ਦੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਉਸ ਤਰ੍ਹਾਂ ਜਿਵੇਂ ਉਹ ਅੱਜ ਡਟ ਕੇ ਸਾਡਾ ਮਾਣ ਸਨਮਾਨ ਵਧਾ ਰਹੇ ਨੇ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਡਟ ਕੇ ਅਸੀਂ ਉਹਨਾਂ ਦੇ ਨਾਲ ਖਲੋਈਏ। ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਡਾਕਟਰ ਕੁਲਦੀਪ ਸਿੰਘ ਨੇ ਨਿਭਾਈ, ਜਦਕਿ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਸੂਚਨਾ ਲੋਕ ਸੰਪਰਕ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ, ਪੁਲਿਸ ਸੁਪਰਡੈਂਟ ਸੁਰਿੰਦਰ ਭੌਰੀਆ, ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ, ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੇ, ਹਰਿਆਣਾ ਦੇ ਡਾਇਰੈਕਟਰ ਅਤੇ ਸੰਪਾਦਕ ਡਾਕਟਰ KK ਸੰਧੂ, ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਕੁਰੂਕਸ਼ੇਤਰ ਤੋਂ ਬਿਊਰੋ ਚੀਫ ਦਿਲਬਾਗ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। PCA ਸਟੇਡੀਅਮ ਵਿਖੇ ਪ੍ਰੈਸ ਕਲੱਬ SS ਨਗਰ ਵੱਲੋਂ ਤੀਸਰੇ ਦੋਸਤਾਨਾ ਕ੍ਰਿਕਟ ਮੈਚ ਕਰਵਾਏ ਗਏ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਪ੍ਰੈਸ ਕਲੱਬ SS ਨਗਰ ਦੇ ਸਮੂਹ ਮੈਂਬਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਹ ਮੈਚ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਕਪਤਾਨੀ ਹੇਠ, ਮੋਹਾਲੀ ਦੇ ਕੌਂਸਲਰਾਂ ਅਤੇ ਪ੍ਰਦੀਪ ਸਿੰਘ ਹੈਪੀ ਦੀ ਕਪਤਾਨੀ ਹੇਠ ਪੱਤਰਕਾਰਾਂ ਦੇ ਵਿਚਕਾਰ ਖੇਡਿਆ ਗਿਆ। ਮੋਹਾਲੀ ਦੇ ਕੌਂਸਲਰਾਂ ਵੱਲੋਂ ਪਹਿਲਾਂ ਖੇਡਦੇ ਹੋਏ ਕੁੱਲ 151 ਦੌੜਾਂ ਬਣਾਈਆਂ ਗਈਆਂ, ਪਰ ਪੱਤਰਕਾਰਾਂ ਦੀ ਟੀਮ 29 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਹਾਰ ਗਈ। ਇਸ ਮੌਕੇ ਤੇ ਮੈਚ ਦੀ ਪੂਰੀ ਕਮੈਂਟਰੀ ਸਾਬਕਾ ਕੌਂਸਲਰ ਅਤੇ ਸਟੇਟ ਅਵਾਰਡੀ ਫੁੱਲਰਾਜ ਸਿੰਘ ਵੱਲੋਂ ਕੀਤੀ ਗਈ ਅਤੇ ਪ੍ਰੇਮ ਵੇਦਾ ਆਯੁਰਵੇਦਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਗੁਰਮੀਤ ਸਿੰਘ ਅਤੇ ਪੱਤਰਕਾਰ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਦੀ ਤਰਫੋਂ ਵਿਧਾਇਕ ਕੁਲਵੰਤ ਸਿੰਘ ਦਾ ਮੁੱਖ ਮਹਿਮਾਨ ਵਜੋਂ ਮੈਚ ਵਿੱਚ ਪਹੁੰਚਣ ਦੇ ਲਈ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ DSP ਹਰਸਿਮਰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪ੍ਰੈਸ ਕਲੱਬ SS ਨਗਰ ਵੱਲੋਂ ਅੱਜ ਹਿਲੇਰੀ ਵਿਕਟਰ ਦੀ ਪ੍ਰਧਾਨਗੀ ਦੇ ਵਿੱਚ ਅਤੇ ਮੇਰੀ ਖੁਦ ਦੀ ਕੈਪਟਨਸ਼ਿਪ ਦੇ ਵਿੱਚ ਅਸੀਂ ਇਹ ਮੈਚ ਕਰਾਇਆ ਕ੍ਰਿਕਟ ਦਾ ਮੋਹਾਲੀ ਦੇ MC ਦੇ ਨਾਲ, ਹੈ ਨਾ। ਅਤੇ ਇਹਦੇ ਵਿੱਚ ਅੱਜ ਹੁਣ ਮੈਚ ਹਾਲੇ ਚੱਲ ਰਿਹਾ, ਅੱਜ ਸਾਡੇ ਚੀਫ ਗੈਸਟ ਸੀਗੇ ਆਪਣੇ ਸਰਦਾਰ ਕੁਲਵੰਤ ਸਿੰਘ, ਵਿਧਾਇਕ ਮੋਹਾਲੀ ਤੋਂ। ਅਤੇ ਦੋਨਾਂ ਟੀਮਾਂ ਦਾ ਵਧੀਆ ਮੈਚ ਆ ਰਿਹਾ, ਆਪਸੀ ਦੋਸਤਾਨਾ ਮੈਚ ਆ ਇਹ। ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਮੈਚ ਕਰਵਾਉਂਦੇ ਰਹੇ ਹਾਂ, ਚਾਹੇ ਮਿਊਂਸਪਲ ਕੌਂਸਲ ਦੀ ਗੱਲ ਹੋਵੇ, ਚਾਹੇ ਸਿੰਗਰ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਸਿੰਗਰ ਨੇ, ਉਹਨਾਂ ਨਾਲ ਮੈਚ ਖੇਡਿਆ ਸੀ ਅਤੇ ਪੰਜਾਬ ਪੁਲਿਸ ਨਾਲ ਵੀ, ਮੋਹਾਲੀ ਦੀ ਪੁਲਿਸ ਨਾਲ ਵੀ ਮੈਚ ਖੇਡਿਆ ਜੀ। ਟਰੋਫੀ ਵਿਕਟਰ ਜੀ ਕੀ ਰੱਖੀ ਹੈ ਜੀ, ਔਰ ਕੀ ਮਾਨ ਸਨਮਾਨ ਰਹਿਣਗੇ ਜਿਹੜੇ ਖਿਡਾਰੀ ਜਿੱਤਣਗੇ? ਇਹ ਵਿਨਰਸ ਵਾਸਤੇ ਟਰੋਫੀ ਆ ਅਤੇ ਜਿਹੜੇ ਰਨਰਸ ਅਪ ਨੇ ਉਹਨਾਂ ਵਾਸਤੇ ਵੀ ਟਰੋਫੀ ਆ। ਇਹ ਬੇਸਿਕਲੀ ਫਰੈਂਡਲੀ ਮੈਚ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਕ੍ਰਿਕਟ ਦੀ ਜਿੱਤ ਹੋਵੇ। ਜਿਸ ਤਰੀਕੇ ਨਾਲ ਕਹਿ ਕੇ ਮਿਊਂਸੀਪਲ ਕੌਂਸਲਰਸ ਨੇ ਕਿਹੜੇ ਕਿਹੜੇ ਵਾਰਡ ਤੋਂ ਜਿਹੜੇ ਕੌਂਸਲਰ ਸ਼ਾਮਿਲ ਹੋਏ ਨੇ ਔਰ ਕਿਹੜੇ ਕਿਹੜੇ ਪੇਪਰਾਂ ਦੇ ਜਿਹੜੇ ਪੱਤਰਕਾਰ ਸ਼ਾਮਿਲ ਹੋਏ ਨੇ? ਸਾਡੇ ਪੂਰੇ ਮੋਹਾਲੀ ਸ਼ਹਿਰ ਦੇ ਪੱਤਰਕਾਰ ਨੇ ਵਿੱਚ, ਅਤੇ ਮੋਸਟਲੀ ਸਾਰੇ ਮੋਸਟਲੀ ਪੱਤਰਕਾਰ ਨੇ ਅਤੇ ਕੌਂਸਲਰ ਵਰਕਿੰਗ ਜਰਨਲਿਸਟ ਨੇ। ਸਾਡੇ ਜਿਹੜੇ ਕੌਂਸਲਰ ਨੇ ਉਹ ਵੀ ਉਹਨਾਂ ਦੇ ਜਾਂ ਤਾਂ ਉਹਨਾਂ ਦੇ ਹਸਬੈਂਡ
ਉਹਨਾਂ ਦੇ ਕੋਈ ਬੱਚੇ ਨੇ ਜਾਂ ਉਹ ਹਸਬੈਂਡ ਨੇ ਉਹ ਖੇਡਦੇ ਨੇ ਜਾਂ ਖੁਦ ਦਾ ਮੈਚ ਚੱਲ ਰਿਹਾ ਹੈ ਬਹੁਤ ਅੱਛਾ ਜੀ ਮਜ਼ਾ ਆ ਰਿਹਾ ਜੀ ਨਹੀਂ ਨਹੀਂ ਬਹੁਤ ਅੱਛਾ ਮਜ਼ਾ ਆ ਰਿਹਾ ਕ੍ਰਿਕਟ ਜਿੱਤ ਰਹੀ ਆ ਹਾਂ ਕ੍ਰਿਕਟ ਜਿੱਤ ਰਹੀ ਹੈ ਮਜ਼ਾ ਆ ਰਿਹਾ ਅਸੀਂ ਮੈਚ ਤੇ ਸ਼ੁਰੂ 2008 ਤੋਂ ਸਾਡਾ ਕਲੱਬ ਬਣਿਆ ਉੱਥੋਂ ਤੇ ਮੈਚ ਕ੍ਰਿਕਟ ਤੋਂ ਅਸੀਂ ਹਮੇਸ਼ਾ ਸਪੋਰਟ ਕਰਦੇ ਹਾਂ ਹਮੇਸ਼ਾ ਅਸੀਂ ਮੈਚ ਕਰਾਉਂਦੇ ਰਹਿੰਦੇ ਹਾਂ ਜਾਂ ਹੈਪੀ ਜੀ ਨੇ ਵੀ ਹੁਣੇ ਦੱਸਿਆ ਕਿ ਚਾਹੇ ਉਹ ਪੁਲਿਸ ਨਾ ਹੋਵੇ ਚਾਹੇ ਉਹ ਕਾਉਂਸਲਰਸ ਨਾ ਹੋਵੇ ਚਾਹੇ ਉਹ ਸਿੰਗਰਸ ਨਾ ਹੋਵੇ ਅਸੀਂ ਮੈਚ ਹਮੇਸ਼ਾ ਸਪੋਰਟਸ ਨੂੰ ਤਾਂ ਅਸੀਂ ਅੱਗੇ ਰੱਖਿਆ ਹਮੇਸ਼ਾ ਅੱਗੇ ਰੱਖਿਆ ਆ ਅਤੇ ਅਸੀਂ ਅੱਗੇ ਵੀ ਮੈਚ ਕਰਾਉਂਦੇ ਰਹਾਂਗੇ ਚਾਹੇ ਉਹ ਫੁੱਟਬਾਲ ਦਾ ਹੋਵੇ ਚਾਹੇ ਕ੍ਰਿਕਟ ਦਾ ਹੋਵੇ ਹੋਰ ਵੀ ਹੋਵੇ ਅਸੀਂ ਇਹ 'ਤੇ ਹੋਰ ਵਿਚਾਰ ਕਰਾਂਗੇ ਕਿ ਹੋਰ ਵੀ ਗੇਮਸ ਨੂੰ ਇਨਵੋਲਵ ਕੀਤਾ ਜਾਵੇ ਵਿੱਚ ਬਟਾਲਾ ਵਿੱਚ ਅੰਦਰੂਨੀ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਕੰਧਾਂ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਗਾਏ ਗਏ ਸਨ ਜਿਸ ਨੂੰ ਲੈ ਕੇ ਪੁਲਿਸ ਨੇ ਪੋਸਟਰ ਲਗਾਉਣ ਵਾਲੇ ਦੋ ਨੌਜਵਾਨਾਂ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕੀਤਾ ਹੈ ਇਹਨਾਂ ਵਿੱਚੋਂ ਇੱਕ ਦੀ ਪਹਿਚਾਣ ਬਲਵਿੰਦਰਜੀਤ ਸਿੰਘ ਵਜੋਂ ਹੋਈ ਹੈ ਅਤੇ ਦੂਜਾ ਹਾਲੇ ਨਾਬਾਲਗ ਹੈ ਜਿਸ ਦੀ ਸ਼ਨਾਖਤ ਨਹੀਂ ਦੱਸੀ ਗਈ SSP ਅਸ਼ਵਨੀ ਗੋਟਿਆਲ ਨੇ ਕਿਹਾ ਕਿ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਨੌਜਵਾਨਾਂ ਕੋਲੋਂ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ 3 ਪੋਸਟਰਸ ਮਿਲੇ ਸੀਗੇ ਜਿਹਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ ਉੱਤੇ ਉਪਰੰਤ ਇੱਕ ਪੈਨਿਕ ਦਾ ਮਾਹੌਲ ਫੈਲਿਆ ਸੀਗਾ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ ਵੱਖ ਟੀਮਾਂ ਦਾ ਹੋ ਕੇ ਨਾਲ ਹੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬੰਦੀ ਨਾਲ ਮਿਲ ਕੇ 2 ਘੰਟੇ ਦੇ ਅੰਦਰ ਅੰਦਰ ਜੋ ਇੰਸੀਡੈਂਟ ਦੇ ਵਿੱਚ ਜੋ ਇਨਵੋਲਵ ਸੀਗੇ ਦੋਵੇਂ ਅਕਿਊਜ਼ ਨੂੰ ਫੜੇ ਗਏ ਹੈਗੇ ਆ ਔਰ ਉਹਨਾਂ ਤੋਂ ਉਹਨਾਂ ਦੀ ਪੁੱਛਗਿੱਛ 'ਤੇ ਇਹ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਰਸ ਅੱਜ ਲਾਏ ਸੀਗੇ ਉਹਦੇ 'ਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰ ਵੀ ਹੋ ਗਏ ਨੇ ਔਰ ਉਹਦੇ 'ਤੇ ਇੱਕ ਮੇਨ ਅਕਿਊਜ਼ਡ ਹੈਗਾ ਬਲਵਿੰਦਰਜੀਤ ਸਿੰਘ ਉਹ 26 ਸਾਲ ਦਾ ਹੈਗੇ ਔਰ ਦੂਜਾ ਜੋ ਹੈਗਾ ਉਹ ਮਾਈਨਰ ਹੈ ਉਹਦਾ ਡਿਟੇਲਸ ਅਸੀਂ ਨਹੀਂ ਦੇ ਸਕਦੇ ਹੈਗੇ ਔਰ ਇਹਦੇ ਪਿੱਛੋਂ ਜੋ ਕਾਰਨ ਹੈਗੇ ਕਿਉਂ ਇਹਨਾਂ ਨੇ ਕੀਤੀ ਹੈਗੀ ਹਾਲੇ ਤੱਕ ਤੋਂ ਉਹਦੇ 'ਤੇ ਕੋਈ ਚੀਜ਼ ਇੱਦਾਂ ਦੀ ਸਾਹਮਣੇ ਨਹੀਂ ਆਈ ਕਿ ਉਹਦੇ 'ਤੇ ਪਿੱਛੇ ਕੋਈ ਕਿਸੇ ਨੇ ਕਹਿਲਵਾ ਕੇ ਕਹੇ ਹੋਣ ਇੱਦਾਂ ਦੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋ ਇੱਕ ਤਰੀਕੇ ਨਾਲ ਉਹਨਾਂ ਦਾ ਰਿਲੀਜੀਅਸ ਆਪਾਂ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਵੱਲੋਂ ਲੱਗਦੀ ਹੈਗੀ ਹੈ ਉਹ ਹਲੇ ਸਾਡੀ ਜੋ ਪੁੱਛਗਿੱਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਉਹਦੇ 'ਤੇ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਭਾਨਾ ਸਿੱਧੂ ਦੇ ਸਮਰਥਕਾਂ ਨੇ 3 ਫਰਵਰੀ ਨੂੰ ਸੰਗਰੂਰ ਵਿਖੇ ਭਾਨਾ ਸਿੱਧੂ ਦੀ ਰਿਹਾਈ ਲਈ ਯੂਨਾਈਟਿਡ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਜਲੱਖਾ ਸਤਾਣਾ ਅਤੇ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ ਅਤੇ ਹੋਰਾਂ ਨੇ ਦੱਸਿਆ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਬੈਠਕ ਬੇਨਤੀਜਾ ਰਹੀ ਹੈ ਉਹਨਾਂ ਕਿਹਾ ਕਿ ਭਾਨਾ ਸਿੱਧੂ ਬੇਕਸੂਰ ਹੈ ਅਤੇ ਉਸਨੂੰ ਰਿਹਾਅ ਕੀਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਸੰਘਰਸ਼ ਜਾਰੀ ਰਹੇਗਾ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਂਸਲ ਕਰਾਉਣਾ ਚਾਹੁੰਦਾ ਸੀ ਉਹ ਐਂ ਸਮਝਦਾ ਹੀ ਖਾਂਜੋ ਇਹ ਅਣਜਾਣ ਨੇ ਮੈਂ ਕਹਿੰਦਾ ਅਫਸਰ ਸ਼ਾਹੀ ਦੀ ਉਨੇ ਚਿਰ ਦੀ ਨੌਕਰੀ ਹੋਣੀ ਜਿੱਦਣ ਦੇ ਅਸੀਂ ਲੜਨ ਲੱਗਿਆਂਗੇ ਇੱਕ ਜਿਹੜਾ ਤੁਸੀਂ ਕਿਹਾ ਵੀ ਕਿੰਨੀਆਂ ਜਥੇਬੰਦੀਆਂ ਕੋਈ ਜਥੇਬੰਦੀ ਬਾਹਰ ਰਹੀ ਜੀ ਨਹੀਂ ਅਤੇ ਨਾ ਰਹੇ ਅਤੇ ਨਾ ਬਾਹਰ ਰਹਿ ਕੇ ਸਾਡਾ ਸਰਦਾ ਮੈਂ 37 ਜਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆ ਹੈਗਾ ਵੀ ਤਾਂ ਉੱਥੇ ਬੋਲ ਕੇ ਆਉਣਾ ਸਾਰਾ ਕੁਛ ਆਉਣਾ ਸਾਰੀਆਂ ਜਥੇਬੰਦੀਆਂ ਲੀਡਰ ਆਉਣਗੇ ਸਾਰੀਆਂ ਜਥੇਬੰਦੀਆਂ ਵਰਕਰ ਆਉਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾ ਚੱਕਰ ਜਾਰੀ ਰਹੂ ਅਸੀਂ ਘਰੇ ਨਹੀਂ ਜਾਂਦੇ ਲੀਡਰ ਜਿੰਨਾ ਚੱਕਰ ਭਾਨਾ ਰਿਹਾ ਨਹੀਂ ਕੀਤਾ ਜਾਂ ਉਸਨੂੰ ਬਹਿਦਾ ਕਰਕੇ ਜਾਂਦੇ ਲੀਡਰ ਅਸੀਂ ਘਰੇ ਨਹੀਂ ਜਾਵਾਂਗੇ ਜਿਵੇਂ ਦਿੱਲੀ ਤੋਂ ਨਹੀਂ ਆਈ ਸੀਗੇ ਜਿੰਨਾ ਚੱਕਰ ਭਾਨਾ ਬਿਨਾਂ ਸ਼ਰਤ ਤੋਂ ਅਸੀਂ ਕਿਉਂ ਅੱਜ ਇੱਥੇ ਇੰਨੇ ਅੜੇ ਹਾਂ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤ ਤੋਂ ਰਿਹਾ ਕਰਾਵਾਂਗੇ ਇਹਨਾਂ ਦੇ ਸਰੀਰ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਤੋਂ ਰਿਹਾ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜ਼ਮਾਨਤ ਬਿਨਾਂ ਸ਼ਰਤ ਤੋਂ ਰਿਹਾ ਕਰਾ ਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੇ ਲੋਕਾਂ ਨੇ ਤਾੜੀਆਂ ਪਾਈਆਂ ਅਤੇ ਜੇ ਹੁਣ ਅਸੀਂ ਜ਼ਮਾਨਤ ਕਰਾਵਾਂਗੇ ਫਿਰ 4 ਵਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਕੋਈ ਪ੍ਰਸ਼ਾਸਨ ਕੁਛ ਕਰ ਲਏ ਕਾਗਜ਼ੀ ਕਤਰਵਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਛ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ SSP ਦਿੰਦੇ ਹੋਣੇ ਵੀ ਸਾਡੇ 'ਤੇ ਪਰਚੇ ਝੂਠੇ ਪਾਏ ਨੇਗੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਡੇ ਭਾਨੇ ਦੇ ਉਹਦਾ ਪਰਿਵਾਰ ਦੇਊਗਾ
ਵੀ ਝੂਠੇ ਪਰਚੇ ਨੇ ਜੇ ਹਾਂ ਜੇ ਉਹ ਰਿਹਾ ਕਰ ਦਿੰਦੇ ਨੇ ਫਿਰ ਮੌਕੇ 'ਤੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ। ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗ੍ਹਾ ਬਦਲੀ ਜਾ ਸਕਦੀ ਹੈ, ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਦੇ ਹਾਂ ਧਰ ਕੇ ਧੌਣ 'ਤੇ ਗੋਡਾ ਛਡਾਇਆ ਕਿ ਨਾ ਛੱਡਿਆ, ਫਿਰ ਅਸੀਂ ਇਹ ਵੀ ਕਹਿੰਦੇ ਹੁੰਦੇ ਹਾਂਗੇ। ਮੋਗਾ ਵਿੱਚ ਗੁਜਰਾਂ ਅਤੇ ਪਿੰਡ ਵਾਲਿਆਂ ਵਿਚਾਲੇ ਖੂਬ ਡਾਂਗਾ ਚੱਲੀਆਂ। ਇਹ ਹੰਗਾਮਾ ਇੱਕ ਗਾਂ ਨੂੰ ਲੈ ਕੇ ਹੋਇਆ, ਦੋਵੇਂ ਧੜਿਆਂ ਨੇ ਇੱਕ ਦੂਜੇ ਉੱਪਰ ਖੂਬ ਡਾਂਗਾ ਭਰਾਈਆਂ ਨੇ। ਇਸ ਦੌਰਾਨ ਇੱਟਾਂ ਅਤੇ ਪੱਥਰ ਵੀ ਚੱਲੇ। ਇਸ ਝੜਪ ਵਿੱਚ ਕਈ ਲੋਕ ਲਹੂ ਲਹਾਣ ਹੋ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਫ਼ੀ ਮੁਸ਼ਕਤ ਨਾਲ ਸਥਿਤੀ ਉੱਤੇ ਕਾਬੂ ਪਾਇਆ। ਹਾਸਲ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਤਾਰੇਵਾਲਾ ਨੇੜੇ ਬਿਜਲੀ ਗ੍ਰਿੱਡ ਕੋਲ ਗੁਜਰਾਂ ਅਤੇ ਸਥਾਨਕ ਪਿੰਡ ਵਾਸੀਆਂ ਵਿਚਾਲੇ ਝੜਪ ਹੋਈ ਹੈ। ਦੱਸਿਆ ਜਾ ਰਿਹਾ ਕਿ ਪਿੰਡ ਵਾਸੀ ਗਊਸ਼ਾਲਾ ਵਿੱਚ ਛੱਡਣ ਲਈ ਲਾਵਾਰਸ ਗਊਆਂ ਦੇ ਝੁੰਡ ਨੂੰ ਫੜਨ ਗਏ ਤਾਂ ਉਹਨਾਂ ਵਿੱਚੋਂ ਇੱਕ ਗਾਂ ਗੁਜਰਾਂ ਦੇ ਘਰਾਂ ਅੰਦਰ ਵੜ ਗਈ। ਜਦੋਂ ਪਿੰਡ ਵਾਸੀ ਉਸ ਨੂੰ ਫੜਨ ਲਈ ਗਏ ਤਾਂ ਦੋਵਾਂ ਧੜਿਆਂ ਵਿਚਾਲੇ ਝੜਪ ਹੋ ਗਈ। ਦੋਵੇਂ ਧੜਿਆਂ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਇੱਕ ਦੂਜੇ ਦੇ ਉੱਪਰ ਇੱਟਾਂ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਡਾਂਗਾਂ ਨਾਲ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਝ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਾਰਾ ਨਗਰ ਸਾਡਾ ਇਕੱਤਰ ਹੋ ਕੇ ਗਾਵਾਂ ਨੂੰ ਫੜਨ ਲੱਗਾ ਸੀ ਗਊਸ਼ਾਲਾ ਵਿੱਚ ਪਹੁੰਚਾਉਣ ਨੂੰ। ਜਿਹੜਾ 'ਚੋਂ ਫੜਦੀ ਹੋਈ ਇੱਕ ਗਾਂ, ਜਿਵੇਂ ਮੁੰਡੇ ਨੇ ਦੱਸਿਆ ਵੀ ਉੱਧਰ ਗਈ ਆ, ਇਹ ਮੌਕੇ 'ਤੇ ਇਹੀ ਸੀਗੇ ਮੁੰਡੇ ਨਾਲ, ਮੈਂ ਤਾਂ ਬਾਅਦ 'ਚ ਆਇਆ। ਗਾਂ ਇਹ ਉੱਧਰੋਂ ਮੋੜਨ ਗਏ, ਫੜਨ ਗਏ ਆ, ਇਹਨਾਂ ਨੇ ਕੁਛ ਨਹੀਂ ਕੀਤਾ ਗੁੱਜਰਾਂ ਦਾ, ਇਹਨਾਂ ਦਾ ਸੁਣਿਆ ਗਾ ਗੱਲਬਾਤ, ਗੁੱਜਰ ਇਹਨਾਂ ਨੂੰ ਸਿੱਧੇ ਟੁੱਟ ਕੇ ਪੈ ਗਏ, ਜਿਹਦੇ ਵਿੱਚ ਦੋ ਬੱਚੇ ਆਪਣੇ ਦੋਵਾਂ ਹਸਪਤਾਲ, ਦੋ ਮੁੰਡੇ ਸਾਡੇ ਦਾਖਲ ਆ ਜੀ। ਅਸੀਂ ਇਹੀ ਜਾਣੇ ਵੀ ਕਾਰਵਾਈ ਬਣਦੀ ਠੋਕ ਕੇ ਕੀਤੀ ਜਾਵੇ ਇਹਨਾਂ 'ਤੇ, ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ। ਬਟ ਜਿਹੜੇ ਇਹ ਆਪਣਾ ਸੜਕਾਂ 'ਤੇ ਮੱਝਾਂ ਦੋ ਦੋ ਤਿੰਨ 300 ਲਈ ਫਿਰਦੇ ਆ, ਕੋਈ ਐਮਰਜੈਂਸੀ ਸਾਡੇ ਬੰਦਾ ਕੋਈ ਮਰੀਜ਼ ਕੋਈ ਕਿਸੇ ਨੂੰ ਨਿਕਲਣਾ ਪੈ ਜਾਵੇ, ਮੈਂ ਇਹਦੇ ਨਾਲ ਖੁਦ ਹੋਈ ਆ, ਮੈਂ ਪੌਣਾ ਘੰਟਾ ਇਹਨਾਂ ਦੇ ਜਾਮ 'ਚ ਖੜਾ ਰਿਹਾ ਮੱਝਾਂ ਦੇ। ਐਸਐਚਓ ਸਾਹਿਬ ਨੇ ਸਾਡੀ ਵਧੀਆ ਗੱਲ ਸੁਣੀ ਆ, ਸਾਰਾ ਉਹਨਾਂ ਨੇ ਧਿਆਨ 'ਚ ਉਹਨਾਂ ਦੇ ਲਿਆਂਦਾ, ਉਹਦੇ ਵੀ ਬਣਦੀ ਕਾਰਵਾਈ ਪੂਰੀ ਠੋਕ ਕੇ ਕਰਾਂਗੇ। ਪਿੰਡ ਤਾਰੇਵਾਲਾ ਦੇ ਰਕਬੇ ਦੇ ਵਿੱਚ ਇੱਕ ਗੁੱਜਰ ਬਰਾਦਰੀ ਬੈਠੀ ਆ, ਔਰ ਪਿੰਡ ਤਾਰੇਵਾਲੇ ਦੇ ਕੁਝ ਨੌਜਵਾਨ ਨੇ ਉਹ ਜਿਹੜੀ ਅਵਾਰਾ ਪਸ਼ੂ ਹੈ, ਫਿਲਹਾਲ ਹਾਲੇ ਮੈਂ ਪਹੁੰਚਿਆ, ਸਾਰੀ ਇਨਵੈਸਟੀਗੇਸ਼ਨ ਅਜੇ ਮੈਂ ਕਰਨੀ ਹੈ, ਬਟ ਮੁੱਢਲੇ ਤੌਰ 'ਤੇ ਹੁਣੇ 2 ਮਿੰਟ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਤਾਰੇਵਾਲੇ ਦੇ ਨੌਜਵਾਨ ਉਹ ਅਵਾਰਾ ਗਊਆਂ ਨੂੰ ਇਕੱਠਿਆਂ ਕਰਕੇ ਅਤੇ ਇੱਧਰ ਗਊਸ਼ਾਲਾ ਵਿੱਚ ਛੱਡਣ ਵਾਸਤੇ ਆ ਰਹੇ ਸੀ। ਉਹ ਅਵਾਰਾ ਪਸ਼ੂ ਇੱਕ ਭੱਜ ਕੇ ਗੁੱਜਰਾਂ ਦੇ ਵਾੜੇ ਵਿੱਚ ਵੜ ਗਿਆ, ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ, ਜਿਹਨੂੰ ਲੈ ਕੇ 5-4 ਮੁੰਡੇ ਹੈਗੇ ਨੇ ਤਾਰੇ ਵਾਲੇ ਦੇ, ਔਰ 5-4 ਮੁੰਡੇ ਇੱਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ, 5-7 ਮੁੰਡੇ ਆ, ਇਹ ਆਪਸ ਵਿੱਚ ਉਲਝ ਪਏ ਹੋਏ, ਇਹਨਾਂ ਨੇ ਧੱਕਾ ਮੁੱਕੀ ਕੀਤੀ, ਝਗੜਾ ਕੀਤਾ। ਬਟ ਮੈਂ ਹੁਣ ਮੌਕੇ 'ਤੇ ਆਇਆ, ਮੌਕਾ ਦੇਖਦਾ, ਹਾਲਾਤ ਦੇਖਦਾ, ਜੋ ਮੌਕਾ ਵਾਰਦਾਤ 'ਤੇ ਵਧੂਏ ਅਤੇ ਕੋਈ ਜਿਹੜੇ ਬੰਦੇ ਕੋਈ ਸਿਆਣੇ ਕੋਈ ਹਾਜ਼ਰ ਸਨ ਉਹਨਾਂ ਤੋਂ ਪੁੱਛਗਿੱਛ ਕਰਕੇ ਅਸੀਂ ਤੱਤ ਸਭਾ ਅੰਮ੍ਰਿਤਸਰ 'ਤੇ ਲਾਉਂਦੇ ਹਾਂ ਵੀ ਕੀ ਗੱਲਬਾਤ ਹੈਗੀ। ਅੰਮ੍ਰਿਤਸਰ ਵਿੱਚ ਸੜਕਾਂ ਉੱਤੇ ਬੂਟ ਪਾਲਿਸ਼ ਕਰਕੇ ਗੁਜ਼ਰ ਬਸਰ ਕਰਨ ਵਾਲੇ ਛੋਟੇ ਛੋਟੇ ਬੱਚਿਆਂ ਨੂੰ ਲੈਣ ਆਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਟੀਮ ਦੇ ਹੱਥ ਨਿਰਾਸ਼ਾ ਹੀ ਲੱਗੀ। ਜਦੋਂ ਪੁਲਿਸ ਪਾਰਟੀ ਨਾਲ ਅਧਿਕਾਰੀਆਂ ਨੇ ਬੱਚਿਆਂ ਨੂੰ ਬੱਸ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚਿਆਂ ਨੇ ਅਧਿਕਾਰੀ ਨਾਲ ਜਾਣ ਤੋਂ ਇਨਕਾਰ ਕੀਤਾ ਅਤੇ ਭੱਜਦੇ ਨਜ਼ਰ ਆਏ। ਅਧਿਕਾਰੀਆਂ ਮੁਤਾਬਕ ਇਹਨਾਂ ਬੱਚਿਆਂ ਨੂੰ ਲਿਜਾ ਕੇ ਸਕੂਲ ਵਿੱਚ ਦਾਖਲ ਕਰਵਾਇਆ ਜਾਣਾ ਸੀ ਅਤੇ ਰਹਿਣ ਬਸੇਰਿਆਂ ਵਿੱਚ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਣਾ ਸੀ। ਉਧਰ ਬੱਚਿਆਂ ਨੇ ਕਿਹਾ ਕਿ ਜੇਕਰ ਉਹ ਸਕੂਲ ਜਾਣਗੇ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਨੂੰ ਪੜ੍ਹਾਉਣਾ ਹੈ ਤਾਂ ਪਹਿਲਾਂ ਪਰਿਵਾਰ ਦੇ ਪਾਲਣ ਪੋਸ਼ਣ ਦਾ ਇੰਤਜ਼ਾਮ ਕੀਤਾ ਜਾਵੇ। ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਚੋਰੀ ਦੇ 2 ਟਰੈਕਟਰ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ 8 ਮੁਲਜ਼ਮਾਂ ਦਾ ਗਰੋਹ ਸੀ, ਜਿਨ੍ਹਾਂ ਵਿੱਚੋਂ 2 ਨੂੰ ਕਾਬੂ ਕੀਤਾ ਗਿਆ ਅਤੇ ਬਾਕੀ 6 ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਇਹ ਤਾਂ ਪਿਛਲੇ 1 ਹਫ਼ਤੇ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ, ਬਿਆਸ ਅਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਸ਼ੇਖਵਾਂ ਘਣੀਆਂ ਕੇ ਬਾਂਗਰ ਅਤੇ ਸ਼ੇਖਵਾਂ ਭੱਠਿਆਂ ਤੋਂ ਇੱਕ ਗੈਂਗ ਵਾਏ ਭੱਠਿਆਂ ਤੋਂ ਲੇਬਰ ਨੂੰ ਬੰਦੀ ਬਣਾ ਕੇ ਉੱਥੋਂ ਟਰੈਕਟਰ
ਹਥਿਆਰਾਂ ਦੀ ਲੋਕ ਅਤੇ ਟਰੈਕਟਰ ਅਤੇ ਵਹੀਕਲ ਅਤੇ ਮੋਟਰਸਾਈਕਲ ਵਗੈਰਾ ਖੋਹਾਂ ਕਰਦੇ ਸੀ, ਰਾਹ ਗੀਰਾ ਕੋਈ ਖੋਹਦੇ ਸੀ। ਉਹ ਇਨਫੋਰਮੇਸ਼ਨ ਮਿਲਣ 'ਤੇ ਅੱਜ ਇਹ ਗਰੋਹ ਦੇ 8 ਮੈਂਬਰ ਨੇ ਕੋਲ, ਜਿਨ੍ਹਾਂ ਦਾ ਮੇਨ ਸਰਗਣਾ ਜੁਗਰਾਜ ਸਿੰਘ ਜੱਗਾ ਵਾ ਪਿੰਡ ਧੀਰੇਕੋਟ ਦਾ, ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਪੀਪਾ ਅਤੇ ਪਾਰਸਦੀਪ ਗਹਿਰੀ ਮੰਡੀ, ਇਹ ਦੋ ਫੜੇ ਗਏ ਨੇ। ਇਹਨਾਂ ਦੇ ਕੋਲੋਂ ਦੋ ਟਰੈਕਟਰ, ਇੱਕ ਸੋਨਾਲੀਕਾ ਜਿਹੜਾ ਘਣੀਆਂ ਕਿ ਬਾਂਗਰ ਥਾਣੇ ਤੋਂ ਇਹਨਾਂ ਨੇ ਭੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ 'ਤੇ, ਅਤੇ ਇੱਕ ਟਰੈਕਟਰ ਹੋਰ ਸਵਰਾਜ। ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਅਤੇ ਦੋ ਇਹਨਾਂ 'ਚ ਮੁਲਜ਼ਮ ਜਿਹੜੇ ਫੜੇ ਜਾ ਚੁੱਕੇ ਆ। ਬਾਕੀ 6 ਬਾਕੀ ਨੇ, ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ, ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਭੱਠੇ ਲੁੱਟਦੇ ਨੇ ਗਨ ਪੁਆਇੰਟਾਂ 'ਤੇ, ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਅਤੇ ਕਾਰਵਾਈ ਕੀਤੀ ਜਾ ਰਹੀ। ਜਲੰਧਰ ਅੰਤਰਰਾਸ਼ਟਰੀ ਰਾਜਮਾਰਗ ਉੱਤੇ ਸਥਿਤ ਪਿੰਡ ਬੀਧੀਪੁਰ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਵਿੱਚ ਕਾਰ ਚਾਲਕ ਦੀ ਗ੍ਰਿਫਤਾਰੀ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰਾਂ ਨੇ ਥਾਣਾ ਮਕਸੂਦਾਂ ਦੇ ਬਾਹਰ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਾਰਾ 304 ਤਹਿਤ ਕਾਰ ਚਾਲਕ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਸਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੈਡਮ, ਜਿਹੜਾ ਦੇਰ ਰਾਤ ਕੋਈ 8:30 ਵਜੇ ਕੋਈ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਕਿ ਇੱਕ ਔਡੀ ਗੱਡੀ ਨੇ ਜਿਹੜਾ ਇੱਕ ਈ ਰਿਕਸ਼ਾ ਨੂੰ ਹਿੱਟ ਕੀਤਾ ਸੀ, ਜਿਹਦੇ ਵਿੱਚ 5 ਬੰਦੇ ਸਵਾਰ ਸੀਗੇ ਔਰ ਜਿਹਦੇ ਵਿੱਚ 4 ਬੰਦਿਆਂ ਦੀ ਹੁਣ ਤੱਕ ਜਿਹੜੀ ਆ ਮੌਕੇ 'ਤੇ ਜਿਹੜੀ ਆ ਕੁਛ ਦੀ ਮੌਕੇ 'ਤੇ ਮੌਤ ਹੋ ਗਈ ਸੀ ਔਰ ਟੋਟਲ 5 ਦੇ ਵਿੱਚੋਂ 4 ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਆ। ਸ਼ੋਰਟੀ, ਮਤਲਬ ਇਹ 4 ਬੰਦੇ ਸ਼ੋਰਟੀ ਆ, ਵੀ ਸ਼ੋਰਟੀ ਉਹਨਾਂ ਦੀ ਮੌਤ ਹੋ ਗਈ, ਇੱਕ ਬੰਦਾ ਬਚਿਆ ਅਜੇ ਤੱਕ। ਔਰ ਪੁਲਿਸ ਨੇ ਸਾਨੂੰ ਇਹੀ ਇਸ਼ੋਰੈਂਸ ਦਿੱਤੀ ਆ ਵੀ 304 ਦੀ FIR ਦਰਜ ਅਸੀਂ ਕਰ ਦਿੱਤੀ ਆ। ਅੱਜ ਤੱਕ ਦੇ ਇਤਿਹਾਸ ਦੇ ਵਿੱਚ, ਕਹਿੰਦੇ ਦਾਣਾ ਮਕਸੂਦ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਪਰਚਾ 304 ਦਾ ਦਰਜ ਨਹੀਂ ਹੋਇਆ ਹੋਣਾ। ਔਰ ਬਟ ਜਿਹੜਾ ਪਰਿਵਾਰ ਆ, ਪਰਿਵਾਰ ਇਹ ਚਾਹੁੰਦਾ ਆ ਕਿ ਜਿਹੜਾ ਬੰਦਾ ਆ ਜਿਹੜਾ ਹਿੱਟ ਐਂਡ ਰਨ ਕਰਕੇ ਭੱਜਿਆ ਆ, 4 ਬੰਦਿਆਂ ਨੂੰ ਮਾਰ ਕੇ ਭੱਜਿਆ ਆ, ਉਹਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦੇ ਜੀਅ ਤਾਂ ਚੱਲ ਗਏ ਔਰ ਬਾਕੀ ਕਿਸੇ ਪਰਿਵਾਰ ਦਾ ਜੀਅ ਜਿਹੜਾ ਆ ਉਹ ਆਪਣੀ ਉਹ ਜਾਨ ਤੋਂ ਹੱਥ ਕਿਸੇ ਨੂੰ ਨਾ ਧੋਣਾ ਪਵੇ। ਦੇਖੋ, ਇਹ ਰਾਤੀ ਕੋਈ 8:30 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ, ਇੱਕ ਫਰੀ ਵੀਲਰ ਦੇ ਵਿੱਚ 4-5 ਜਣੇ ਸਵਾਰ ਸੀਗੇ, ਉਹ ਆਪਣੇ ਬਿਲਕੁਲ ਸਹੀ ਰਸਤੇ 'ਤੇ ਆ ਰਹੇ ਸੀਗੇ। ਇੱਕ ਓਡੀ ਗੱਡੀ ਜਿਹਦਾ ਨੰਬਰ ਹੈਗਾ CH01AP9952 ਜੀ, ਇਹ ਜਿਹੜੀ ਆ ਸਾਹਮਣੇ ਤੋਂ ਆਈ ਆ, ਇਹਨੇ ਆ ਕੇ ਸਿੱਧੀ ਉਹਦੇ ਵਿੱਚ ਟੱਕਰ ਮਾਰੀ ਆ, ਜਿਹਦੇ ਵਿੱਚ ਰਾਤੀ 2 ਬੰਦਿਆਂ ਦੀ ਮੌਕੇ 'ਤੇ ਮੌਤ ਹੋ ਗਈ ਸੀਗੀ, ਇੱਕ ਬਾਅਦ ਦੇ ਹੋਸਪਿਟਲ ਲੈ ਗਏ ਸੀ, ਉਹਦੀ ਵੀ ਉੱਥੇ ਜਿਹੜੀ ਮੌਤ ਹੋ ਗਈ ਸੀਗੀ। ਇਹਦੇ ਵਿੱਚ 2 ਬੰਦੇ ਇੰਜਰ ਸੀਗੇ, 3 ਦੀ ਮੌਤ ਹੋ ਚੁੱਕੀ ਸੀ ਰਾਤੀ। ਹੁਣ ਪਤਾ ਲੱਗਿਆ ਮੈਨੂੰ ਇਹਨਾਂ ਦੇ ਕਿ ਇੱਕ ਬੰਦੇ ਦੀ ਹੋਰ ਵੀ ਜਿਹੜਾ ਸੀਰੀਅਸ ਸੀਗਾ ਉਹਦੀ ਵੀ ਮੌਤ ਹੋ ਗਈ ਆ, ਪਰ ਹਾਲੇ ਸਾਨੂੰ ਇੰਟੀਮੇਸ਼ਨ ਨਹੀਂ ਉਹਦੇ ਬਾਰੇ ਆਈ। ਅਤੇ ਕਾਰ ਚਾਲਕ ਫੜਿਆ ਗਿਆ ਸਰ? ਨਹੀਂ, ਕਾਰ ਚਾਲਕ ਰਾਤੀ ਨਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਉਹ ਗੱਡੀ ਮੌਕੇ 'ਤੇ ਛੱਡ ਕੇ ਅਤੇ ਭੱਜ ਗਿਆ ਸੀਗਾ। ਗੱਡੀ ਬਰਾਮਦ ਕਰ ਲਈ ਆ, ਉੱਤੇ ਅਸੀਂ ਜਿਹੜੇ ਰੇਡ ਕਰ ਰਹੇ ਹਾਂ, ਲੱਭ ਰਹੇ ਹਾਂ, ਜਿੱਥੇ ਵੀ ਹੈਗਾ ਉਹਨੂੰ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ। ਜਲੰਧਰ ਦੇ ਐਮਰਜੈਂਸੀ ਰਿਸਪੋਂਸ ਸਿਸਟਮ ERS ਦੀ ਟੀਮ ਨੇ ਸਨੈਚਰਾਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਰੋਮੀਓ 59 ਅਤੇ ਜੈਵਰਾ 24 ਦੀ ਟੀਮ ਨੇ ਦੋ ਸਨੈਚਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਯੋਗ CP ਸਾਹਿਬ ਸ੍ਰੀ ਸਵਪਨ ਸ਼ਰਮਾ ਜੀ ਦੀ ਰਹਿਨਮਾਈ ਹੇਠ ERS ਟੀਮ ਬਣੀ ਸੀ ਐਮਰਜੈਂਸੀ ਰਿਸਪੋਂਸ ਸਿਸਟਮ, ਉਹਦੇ ਵਿੱਚ ਸਾਨੂੰ ਵੱਡੀ ਸਫਲਤਾ ਮਿਲੀ ਹੈਗੀ ਹੈ। ਸਾਡੀ ਰੋਮੀਓ 59 ਅਤੇ ਜੈਬਰਾ 24 ਦੀ ਟੀਮ ਨੇ ਜੁਆਇੰਟਲੀ ਮਿਸ਼ਨ ਕਰਕੇ ਦੋ ਸਨੈਚਰਸ ਨੂੰ ਪਕੜਿਆ, ਜਿਨ੍ਹਾਂ ਉਹ ਥਾਣਾ ਬਸਤੀ ਬਾਬਾ ਖੇਲ ਹੈਂਡਓਵਰ ਕਰ ਦਿੱਤਾ ਗਿਆ।
ਅਤੇ ਇਸ ਤਰ੍ਹਾਂ ਸਾਡੀ ਅੱਗੇ ਵੀ ਟੀਮ ਜਿਹੜੀ ਹੈ ਇਹ ਕੰਮ ਕਰਦੀ ਰਹੇਗੀ ਔਰ ਚੰਗਾ ਕੰਮ ਕਰਕੇ ਦਿਖਾਵਾਂਗੇ ਅਸੀਂ। DSP ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਵੱਖ ਵੱਖ ਥਾਣਿਆਂ ਦਾ ਰਾਜਪੁਰਾ ਵਿੱਚ ਅਚਾਨਕ ਦੌਰਾ ਕੀਤਾ ਗਿਆ। ਦੱਸਣਯੋਗ ਹੈ ਕਿ DSP ਬਿਕਰਮਜੀਤ ਸਿੰਘ ਬਰਾੜ AGTF ਪੰਜਾਬ ਦੀ ਟੀਮ ਦੇ ਮੁੱਖ ਮੈਂਬਰ ਵੀ ਨੇ। ਉਹਨਾਂ ਥਾਣਾ ਸਦਰ ਵਿੱਚ SHO ਕਿਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਜੇਕਰ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਕੋਈ ਵਾਰਦਾਤ ਹੁੰਦੀ ਹੈ ਤਾਂ ਮੌਕੇ ਦਾ ਅਫਸਰ ਜ਼ਿੰਮੇਵਾਰ ਹੋਵੇਗਾ। ਕਸਬਾ ਭੇਖੀ ਪਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸਿੰਘਪੁਰਾ ਦੀ BSF ਚੌਣੀ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਨਵ ਵਿਆਹੀ ਜੋੜੀ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ ਵਿੱਚ ਸਿੰਘਪੁਰਾ ਦਾ ਰਹਿਣ ਵਾਲਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਅਰਸ਼ਪ੍ਰੀਤ ਸਿੰਘ ਅਤੇ ਉਸਦੀ ਪਤਨੀ ਕਾਜਲ ਵਜੋਂ ਹੋਈ ਹੈ, ਜੋ ਕਿ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੱਧਰੀ ਕਲਾਂ ਦੇ ਦੱਸੇ ਜਾ ਰਹੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਸ਼ਦੀਪ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਹੋਏ ਸਨ ਅਤੇ ਉਹ ਅੱਜ ਭੇਖੀ ਪਿੰਡ ਵਿਖੇ ਦਵਾਈ ਲੈਣ ਲਈ ਜਾ ਰਹੇ ਸੀ। ਜਦੋਂ ਉਹ ਦਵਾਈ ਲੈ ਕੇ ਵਾਪਸ ਆ ਰਹੇ ਸੀ ਤਾਂ ਸਿੰਘਪੁਰਾ ਦੀ BSF ਦੀ ਛਾਉਣੀ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਇੱਕ ਕਾਰ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਉਸਦੇ ਪੁੱਤਰ ਅਰਸ਼ਦੀਪ ਸਿੰਘ ਅਤੇ ਨੂੰਹ ਕਾਜਲ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿੱਚ ਕਾਰ ਨੇ ਇੱਕ ਹੋਰ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ। ਇੱਕ ਹੋਰ ਵਿਅਕਤੀ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਸੀ ਉਸਦਾ ਨਾਮ ਜਸਪਾਲ ਸਿੰਘ ਸੀ, ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਭੇਖੀ ਪਿੰਡ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ? ਨੌਂ ਜੀ। ਕੀ ਨਾਂ ਹੈ ਉਹਨਾਂ ਦਾ? ਕਾਜਲ ਜੀ। ਅੱਛਾ, ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਜੀ ਪਿੰਡੋਂ ਹੀ ਆਇਆ ਜੀ, ਪਲਾਉਣ ਡੇ ਜੀ ਹਾਲੇ ਜੀ। ਕਿਹੜਾ ਪਿੰਡ ਤੁਹਾਡਾ? ਪੱਧਰੀ ਕਲਾਂ ਜੀ। ਅੱਛਾ, ਤੇ ਪੱਧਰੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ? ਇਹ ਭਿੱਖੀ ਪਿੰਡ ਦਵਾ ਲੈਣ ਹੀ ਆਏ ਸੀ ਤੇ ਪਤਾ ਨੀ ਜਾਣ ਡੇ ਸੀ ਪਿੰਡ ਨੂੰ ਕਿ ਆਉਣ ਡੇ ਹੋਏ, ਇੰਨਾ ਨੀ ਜੀ ਪਤਾ ਜੀ। ਕੱਚ ਵੱਜੇ ਤੇ ਆਉਂਦੇ ਜੀ ਮੋਟਰਸਾਈਕਲ 'ਚ ਵੱਜੇ ਜੀ, ਮੈਂ ਤੇ ਵੇਖਿਆ ਨੀ ਹੋਣਾ ਇਹਨੂੰ, ਤੇ ਇੱਕ ਮੰਦੀ ਹਾਲਤ ਸੀ ਤੇ ਚੱਲ। ਦੋਵਾਂ ਦੀ ਡੈਥ ਹੋ ਗਈ? ਹਾਂਜੀ, ਦੋਵਾਂ ਦੀ। ਬੱਚੇ ਕਿੰਨੇ ਇਹਨਾਂ ਦੇ ਜੀ? ਬਰਨਾਲਾ ਦੇ ਪਿੰਡ ਨਾਈਵਾਲਾ ਵਿਖੇ ਸ਼ਹੀਦ ਫੌਜੀ ਕਰਮਜੀਤ ਸਿੰਘ ਦੇ ਨਾਮ ਉੱਤੇ ਬਣਨ ਵਾਲੇ ਪਾਰਕ ਦੇ ਨੀਂਹ ਪੱਥਰ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਤੋੜਨ ਤੇ ਪਿੰਡ ਦੇ ਲੋਕਾਂ ਨੇ ਨੀਂਹ ਪੱਥਰ ਤੋੜਨ ਵਾਲੇ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਬਰਨਾਲਾ ਦੇ ਬੱਸ ਸਟੈਂਡ ਰੋਡ ਉੱਤੇ ਜਾਮ ਲਗਾ ਕੇ ਧਰਨਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਾਈਵਾਲਾ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਪੰਚਾਇਤ ਦੀ ਸਹਿਮਤੀ ਕਰਕੇ ਸ਼ਹੀਦ ਫੌਜੀ ਕਰਮਜੀਤ ਸਿੰਘ ਦੇ ਨਾਮ ਉੱਤੇ ਪਾਰਕ ਬਣਵਾਇਆ ਜਾ ਰਿਹਾ ਸੀ, ਜਿਸਦਾ ਨੀਂਹ ਪੱਥਰ ਲਗਵਾਇਆ ਗਿਆ ਤਾਂ ਕਿ ਉਸਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਪਰ ਬੀਤੀ ਰਾਤ ਕੁਝ ਲੋਕਾਂ ਨੇ ਇਸ ਨੀਂਹ ਪੱਥਰ ਨੂੰ ਤੋੜ ਦਿੱਤਾ, ਜਿਸ ਦੇ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਧਰਨਾ ਲਾਉਣ ਦਾ ਮਕਸਦ ਇਹ ਹੈ ਜੀ, ਦੇਖੋ ਇਹ ਸਾਰੇ SC ਭਾਈਚਾਰੇ ਨਾਲ ਸੰਬੰਧਿਤ ਲੋਕ ਨੇ। ਕੱਲ੍ਹ ਪਿੰਡ ਦੇ ਵਿੱਚ ਜਿਹੜਾ ਪੰਚਾਇਤ ਨੇ ਪਿਛਲੇ ਕਈ ਦਿਨਾਂ ਦੇ ਵਿੱਚ ਕੰਮ ਚੱਲ ਰਿਹਾ ਸੀਗਾ, ਪਾਰਕ ਦਾ ਮਤਲਬ ਕਿ ਨਿਰਮਾਣ ਕੀਤਾ ਸੀਗਾ, ਉਹਦੇ ਵਿੱਚ ਜਿਹੜਾ ਪਾਰਕ ਸੀਗਾ, ਪਾਰਕ ਦਾ ਨਾਂ ਜਿਹੜਾ ਨਾਮਕਰਨ ਆ ਉਹ ਪੰਚਾਇਤ ਨੇ ਆਪਦੀ ਪਾਵਰਾਂ ਨੂੰ ਵਰਤਦਿਆਂ ਹੋਇਆਂ। ਕਹਿਣ ਦਾ ਮਤਲਬ ਕਿ ਜਿਹੜੇ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਨੇ ਸਰਦਾਰ ਕਰਮਜੀਤ ਸਿੰਘ ਜੀ, ਜਿਹੜੇ 1999 ਵਿੱਚ ਸ਼ਹੀਦ ਹੋ ਗਏ ਸੀਗੇ, ਉਹਨਾਂ ਦੇ ਨਾਂ ਦੇ ਉੱਤੇ ਤੁਸੀਂ ਇਹ ਲਾ ਲਓ ਵੀ ਉਹ ਪਾਰਕ ਦਾ ਨਾਮਕਰਨ ਕਰਿਆ ਸੀਗਾ। ਕੱਲ੍ਹ ਉਹਨਾਂ ਦਾ ਜਿਹੜਾ ਨੀਂਹ ਪੱਥਰ ਲਾਇਆ ਗਿਆ, ਮਾਣਯੋਗ MLA ਸਾਹਿਬ ਕੁਲਵੰਤ ਸਿੰਘ ਪਟੋਰੀ ਜੀ ਨੂੰ ਬੁਲਾ ਕੇ ਜਿਹੜਾ ਇੱਕ ਹੋਰ ਸਾਡਾ ਉਦਘਾਟਨ ਕਰਵਾਇਆ ਸੀ, ਆਪਣੀ ਕਮਿਊਨਿਟੀ ਹਾਲ ਦਾ ਉਦਘਾਟਨ ਕਰਵਾਇਆ, ਲੇਕਿਨ ਕੁਛ ਕੁ ਬੰਦਿਆਂ ਨੇ, 3-4 ਬੰਦਿਆਂ ਨੇ ਮਤਲਬ ਕਿ ਜਿਹੜਾ ਪਾਰਕ ਦਾ ਨਾਂ ਹੈਗਾ ਉਹਦੇ ਉੱਤੇ ਕਿੰਤੂ ਪਰੰਤੂ ਕਰਨੀ ਸ਼ੁਰੂ ਕਰਤੀ। ਕਹਿੰਦੇ ਜੀ ਵੀ ਇਹ ਜਿਹੜਾ ਬੰਦਾ ਹੈਗਾ ਗਾ ਵੀ ਤੁਸੀਂ ਆਪਣੇ ਜਿਹੜੀ ਤੁਹਾਡੀ ਧਰਮਸ਼ਾਲਾ ਜੀ ਵਿਹੜੇ ਵਾਲੀ ਵੀ ਤੁਸੀਂ ਉੱਥੇ ਇਸ ਚੀਜ਼ ਦਾ ਨਾਮਕਰਨ ਕਰੋ, ਸਾਡੇ ਇੱਥੇ ਨਾ ਕਰੋ, ਕਿਉਂਕਿ ਇਹ ਸਾਡਾ ਏਰੀਆ, ਸਾਥੋਂ ਪੁੱਛਿਆ ਨਹੀਂ। ਕਹਿੰਦੇ ਦੇਖੋ ਪੰਚਾਇਤ ਇੱਕ ਜਾਂ ਦੋ ਬੰਦਿਆਂ ਨੂੰ ਲੈ ਕੇ ਫੈਸਲਾ ਥੋੜ੍ਹੀ ਕਰੂਗੀ, ਪੰਚਾਇਤ ਨੇ ਆਪਦਾ ਕੋਰਮ ਦੇ ਮੁਤਾਬਕ ਮਜੋਰਟੀ ਦੇ ਨਾਲ ਫੈਸਲਾ ਲੈਣਾ, ਨਾਮਕਰਨ ਕਰ ਸਕਦੀ ਹੈ, ਪੰਚਾਇਤ ਦਾ ਹੈ ਡਿਸਕ੍ਰਿਪਸ਼ਨਰੀ ਪਾਵਰ ਆ। ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਵਾਦ ਖੜ੍ਹਾ ਕਰਿਆ। ਚਲੋ ਮਾਣਯੋਗ MLA ਸਾਹਿਬ ਨੇ ਸਮੇਂ ਨੂੰ ਦੇਖਦੇ ਉਦਘਾਟਨ ਨਹੀਂ ਕੀਤਾ। ਇਸ ਤੋਂ ਬਾਅਦ ਕੀ ਹੋਇਆ, ਰਾਤ ਨੂੰ 3-4 ਬੰਦਿਆਂ ਨੇ ਦਾਰੂ ਪੀ ਕੇ ਉਹ ਜਿਹੜਾ ਬੋਰਡ ਸੀਗਾ
ਜਿਹੜਾ ਨੀਂਹ ਪੱਥਰ ਵਾਲਾ ਬੂਟ ਸੀਗਾ ਉਹਦੀ ਭੰਨ ਤੋੜ ਕਰਤੀ। ਮੌਕੇ ਦੇ ਬੰਦਿਆਂ ਨੇ ਦੇਖ ਲਿਆ ਵੀ ਕਿਹਨੇ ਭੰਨ ਤੋੜ ਕਰੀ ਆ। ਮੈਂ ਵੀ ਮੌਜੂਦਾ ਸਮੇਂ ਦੇ ਉੱਤੇ ਪਹੁੰਚ ਗਿਆ ਅਤੇ ਸਾਨੂੰ ਕਹਿੰਦੇ ਹਾਂਜੀ ਅਸੀਂ ਭੰਨਿਆ। ਸਾਡੀ ਤਾਂ ਹੁਣ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੀ ਮੰਗ ਆ ਵੀ ਦੇਖੋ ਜੇ ਸਾਡੀ ਖੂਬਸੂਰਤ ਜਿਹੜੀ ਧਰਤੀ ਹੈ ਇੰਡੀਆ ਦੀ, ਜੇ ਇੱਥੇ ਸਾਡੇ ਸ਼ਹੀਦਾਂ ਦੇ ਨੂੰ ਜਾਤੀ ਦੇ ਆਧਾਰ 'ਤੇ ਵਿਤਕਰਾ ਕੀਤਾ ਜਾਊਗਾ ਪਿੰਡਾਂ ਦੇ ਵਿੱਚ, ਤਾਂ ਦੇਖੋ ਜਿਹੜੇ ਪਿੰਡਾਂ ਦਾ ਮਾਹੌਲ ਆ ਜਾਂ ਆਪਣੇ ਦੇਸ਼ ਦਾ ਮਾਹੌਲ ਆ ਸੁਖਾਵਾਂ ਨਹੀਂ ਰਹਿਣਾ। ਪਟਿਆਲਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਸ਼ਹਿਰ ਦੇ 22 ਨੰਬਰ ਫਾਟਕ ਨੇੜੇ ਵਿਸ਼ੇਸ਼ ਨਾਕੇਬੰਦੀ ਕਰਕੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ 'ਤੇ ਖੜ੍ਹੇ DSP ਟ੍ਰੈਫਿਕ ਕਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ ਖਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਮੋਟਰਸਾਈਕਲਾਂ ਉੱਤੇ ਸਲੈਂਸਰ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਹੁਣ ਬੁਲਟ ਮੋਟਰਸਾਈਕਲਾਂ ਉੱਤੇ ਪਟਾਕੇ ਵਜਾਉਣ ਵਾਲਾ ਸਲੈਂਸਰ ਲਗਾਏਗਾ ਤਾਂ ਉਸ ਦੁਕਾਨਦਾਰ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਆ ਐਕਟਿਵ ਆ, ਔਰ ਅਸੀਂ ਵੱਖ ਵੱਖ ਜਗ੍ਹਾ 'ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਹਾਂ, ਔਰ ਨਾਲ ਇਹ ਵੀ ਅਪੀਲ ਕਰ ਰਹੇ ਹਾਂ ਕਿ ਜਿਹੜੇ ਮੋਟਰਸਾਈਕਲ ਚਾਹੇ ਕਾਰਾਂ ਆ ਕੋਈ ਵੀ ਵਹੀਕਲ ਆ ਉਸ 'ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸ 'ਤੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ। ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇੱਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ, ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ, ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਜੋ ਵੀ ਉਹਨਾਂ 'ਤੇ ਉਹਨਾਂ ਦਾ ਚਲਾਨ ਹੈ ਉਹ ਕੱਟਿਆ ਜਾਏਗਾ, ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ 'ਤੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੀਆਂ ਦੀ ਲੋਹੜੀ ਲਈ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਅਤੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 21 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਂਦਿਆਂ ਬੱਚੀਆਂ ਅਤੇ ਉਹਨਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਪਿੰਡ ਦੇ ਜੰਮਪਲ ਸ਼ਹੀਦ ਨਾਇਕ ਬੂਟਾ ਸਿੰਘ ਦੇ ਨਾਂ ਉੱਤੇ ਰੱਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬੁਰਜ ਹਰੀ ਸਿੰਘ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮੁਫ਼ਤ ਮੈਡੀਕਲ ਅਤੇ ਪੈਨਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਮਾਹਿਰ ਡਾਕਟਰਾਂ ਨੇ ਵੱਖ ਵੱਖ ਮਰੀਜ਼ਾਂ ਦਾ ਨਿਰੀਖਣ ਕੀਤਾ। ਉੱਥੇ ਹੀ ਪੈਨਸ਼ਨ ਕੈਂਪ ਦੌਰਾਨ ਬਜ਼ੁਰਗਾਂ ਦੇ ਪੈਨਸ਼ਨ ਫਾਰਮ ਭਰੇ ਗਏ ਅਤੇ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਾਏ ਗਏ। ਅੱਜ ਅਸੀਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬੁਰਜ ਹਰੀ ਸਿੰਘ ਪਿੰਡ ਵਿਖੇ ਧੀਆਂ ਦੀ ਲੋਹੜੀ ਪ੍ਰੋਗਰਾਮ ਕਰਵਾਇਆ ਗਿਆ, ਔਰ ਇੱਕ ਹੋਰ ਜੋ ਪ੍ਰੋਗਰਾਮ ਸੀ ਉਹ ਸਕੂਲ ਦਾ ਨਾਮ ਬਦਲ ਕੇ ਸ਼ਹੀਦ ਬੂਟਾ ਸਿੰਘ ਜੀ ਦੇ ਨਾਮ 'ਤੇ ਰੱਖਿਆ ਗਿਆ। ਬਹੁਤ ਯਾਦਗਾਰੀ ਇਹ ਪ੍ਰੋਗਰਾਮ ਰਹੇਗਾ। ਸੋ ਮੈਸੇਜ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਹੀ ਜਾਂਦਾ ਕਿ ਅਸੀਂ ਧੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕੇ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਈਏ। ਸੋ ਜਿਵੇਂ ਮਾਨ ਸਰਕਾਰ ਦਾ ਵਾਅਦਾ ਸੀ ਕਿ ਇਹ ਸਰਕਾਰ ਹੈ ਜਿਹੜੀ ਉਹ ਪਿੰਡਾਂ ਦੀਆਂ ਸੱਥਾਂ 'ਚੋਂ ਚੱਲੇਗੀ, ਸੋ ਇਸੇ ਕੋਸ਼ਿਸ਼ ਨੂੰ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਪਿੰਡਾਂ ਤੱਕ ਅਪਰੋਚ ਕਰ ਰਿਹਾ। ਜੋ ਵੀ ਸਰਕਾਰ ਦੇ ਮੈਸੇਜ ਹੈ ਉਹ ਅਸੀਂ ਹਰ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।